ਕੌਣ ਆ? ਮੈਂ ਕੌਣ ਆ? ਤੂੰ ਡੀਸੀ ਦੀ ਕੁੜੀ ਆ? ਮੇਰੀ ਭੈਣ ਨਾ ਪੁਲਿਸ ਚ ਲੱਗੀ ਹੋਈ ਆ, ਸਾਸਰੀ ਗੱਲ ਬਣਾਵਾਂਗੇ, ਕੁੱਤੇ ਖਾਣੀ ਕਰਾਂ। ਕਿਉਂ, ਕੀ ਹੋ ਗਿਆ? ਬੜੀ ਭਖੀ ਫਿਰਦੇ ਆ, ਤੂੰ ਵੀ ਤੇਰੀ ਭੈਣ ਨਾਲੋਂ ਘੱਟ ਨਹੀਂ ਹੈਗੀ। ਬਗਾਨੀ ਜਨਾਨੀ ਤਾਂ ਹਰੇਕ ਹੀ ਕਹਿ ਦਿੰਦਾ ਵੀ ਮਾੜੀ ਆ, ਖੋਟਾ ਸਿੱਕਾ ਤਾਂ ਆਪਦੀ ਹੁੰਦਾ। ਉਹਦੇ ਦਿਨ ਚੱਕ ਜਾਂਦੀ ਆ ਰੇ, ਸਵੇਰੇ ਇੱਕ ਛੱਡਦੀ ਆ, ਇੱਕ ਉਹਦੇ ਨਾਲ ਆ ਗਈ, ਕਦੇ ਉਹਦੇ ਨਾਲ ਆ ਗਈ, ਪਤਾ ਨਹੀਂ। ਮੇਰੀ ਗੱਲ ਸੁਣ, ਤੂੰ ਫਿਕਰ ਨਾ ਕਰ, ਹੁਣ ਮੈਂ ਆ ਗਈ ਨਾ, ਹੁਣ ਮੈਂ ਆਪੇ ਦੇਖੂੰਗੀ ਵੀ ਕੀ ਕਰ। ਹੁਣ ਤਾਂ ਐਂ ਤੇਰੇ ਨਾਲ ਵਿਆਹ ਹੋ ਜਾਂਦਾ ਨਾ ਮੇਰਾ। ਹੋ ਜਾਂਦਾ ਮੇਰੇ ਨਾਲ ਵਿਆਹ, ਸਾਲੀ ਅੱਧੇ ਘਰ ਵਾਲੀ ਹੁੰਦੀ ਆ। ਹੋ ਗਿਆ, ਮੁੰਡਾ ਤਾਂ ਮਸਰੀ ਵੜ ਗਈ ਅੱਖ 'ਚ ਯਾਰ। ਯਾਰ ਰੇਖਾ ਲਿਆ, ਮੈਂ ਰੇਖਾ ਲਿਆ ਕੱਢ ਦਿੰਦੀ ਆ। ਲੈ ਪਾਣੀ ਵੀ ਪਾਈ ਦੇਵਾਂ ਬੂਟਿਆਂ 'ਚ। ਬੂਨੀ ਇਹਨੇ ਕੀ ਸ਼ਰਮ ਲਾਈ ਹੈ ਨੀ, ਦਿਨ ਦਿਹਾੜੇ ਬੇਬੇ ਨਾ ਸਹੀ ਕਹਿੰਦੀ ਸੀ, ਆ ਮੁੰਡਾ ਪਤਾ ਨਹੀਂ ਕੌਣ ਆ। ਓਹੋ, ਮੈਨੂੰ ਤਾਂ ਦੇਖਦੀ ਨੂੰ ਵੀ ਸ਼ਰਮ ਆਉਂਦੀ ਆ। ਚੰਮੀ ਸ਼ਰਮ ਲੈ ਗਈ ਇਹਦੀ ਤਾਂ। ਇਹਦਾ ਮਤਲਬ ਜਿਹੜੀਆਂ ਗੱਲਾਂ ਬੇਬੇ ਨੇ ਕਹੀਆਂ ਨੇ ਨਾ, ਸਾਰੀਆਂ ਸਹੀ ਨੇ। ਇਹ ਤਾਂ ਜਿਹੜੇ ਚਹਿਲ ਚੱਲਣ ਨੇ ਨਾ, ਠੀਕ ਨਹੀਂ ਹੈਗੇ। ਇਹ ਤਾਂ ਲੱਛਣ ਮਾੜੇ ਹੀ ਹੋ ਗਏ। ਕੋਈ ਨਾ, ਆਉਣ ਦੇ ਇਹਨੂੰ ਘਰੇ, ਲਾਉਂਦੀ ਆ ਇਹਦੀ ਕਲਾਸ ਮੈਂ। ਨਿਕਲ ਗਿਆ ਬਸ, ਤੂੰ ਨਾ ਐਨਕਾਂ ਲਾ ਕੇ ਰੱਖਿਆ ਕਰ, ਹੁਣ ਜ਼ਹਿਰੀਲੀਆਂ ਜੀਆਂ ਭੁੰਡੀਆਂ ਹੋ ਗਈਆਂ, ਬਾਲੀਆਂ ਜ਼ਹਿਰੀਲੀਆਂ ਹੁੰਦੀਆਂ ਨੇ ਤਾਂ। ਹੋਰ ਯਾਰ, ਮੱਚਣ ਲਾ ਦਿੰਦੀਆਂ ਨੇ, ਮੱਚਣ ਤਾਂ ਨਹੀਂ ਲੂੰਗਾ, ਐਨਕਾਂ ਵਿੱਚ ਵੀ ਵੜ ਜਾਂਦਾ ਕਈ ਵਾਰ। ਹਾਂ ਚੱਲ ਕੋਈ ਨਾ, ਠੀਕ ਆ ਫਿਰ, ਮੈਂ ਕਨਫਰਮ ਕਰ ਦੂੰ ਤੈਨੂੰ, ਠੀਕ ਆ, ਸੁਬਾ ਵੀ ਮੈਂ ਆਉਣਾ ਜਾਂ ਨਹੀਂ ਆਉਣਾ। ਠੀਕ ਆ, ਠੀਕ ਆ ਰੀਤਾ। ਓਕੇ। ਆ ਗਏ ਦੀਦੀ ਤੁਸੀਂ? ਹਾਂ ਹਾਂ ਆ ਗਈ। ਹੋਰ ਕੰਮ ਧੰਦੇ ਕਰ ਲਏ ਸੀ ਸਾਰੇ? ਹਾਂ ਦੀਦੀ, ਕੰਮ ਤਾਂ ਕਰ ਲਏ। ਬੈਠੋ, ਮੈਂ ਤੁਹਾਡੇ ਵਾਸਤੇ ਚਾਹ ਪਾਣੀ ਬਣਾ ਕੇ ਲਿਆਉਣੀ ਆ। ਲੈ, ਰੋਟੀ ਖਾ ਲਈ ਸੀ ਤੂੰ? ਹਾਂ ਮੈਂ ਤਾਂ ਖਾ ਲਈ ਸੀ ਦੀਦੀ। ਦੇਖ ਲਾ, ਐਵੇਂ ਘਰੇ ਆਉਂਦੀ ਆ ਜਿਵੇਂ ਪਾਲੀ ਭੋਲੀ ਹੁੰਦੀ ਆ। ਇਹ ਜੀਜੂ ਨੂੰ ਵੀ ਐਂ ਪਾਗਲ ਬਣਾਉਂਦੀ ਆ। ਕੋਈ ਨਾ, ਮੈਂ ਨਹੀਂ ਬਣਦੀ ਪਾਗਲ ਫਿਰ। ਦੀਦੀ, ਜੀਜੂ ਕਿੱਥੇ ਨੇ? ਪਤਾ ਨਹੀਂ ਕਿੱਥੇ ਗਏ ਹੋਏ ਨੇਗੇ, ਆਈ ਨਹੀਂ ਹਜੇ ਤੱਕ। ਅੱਛਾ, ਮੈਂ ਤਾਂ ਕਹਿੰਦੀ ਸੀ ਅੱਜ ਨਾ ਸਾਡੇ ਕਾਲਜ 'ਚ ਫੈਸਟੀਵਲ ਹੈ, ਮੈਨੂੰ ਛੱਡੇ ਆਉਂਦੇ ਮਾੜਾ ਜਾ। ਅੱਛਾ, ਤੂੰ ਉੱਥੇ ਚੱਲੀ ਆ? ਲੈ ਹੋਰ ਦੀਦੀ, ਤੂੰ ਮੈਨੂੰ ਦੱਸਿਆ ਹੀ ਨਹੀਂ ਹੈਗਾ ਪਹਿਲਾਂ। ਬਸ ਦੀਦੀ, ਮੈਨੂੰ ਵੀ ਨਾ ਹੁਣੀ ਫਰੈਂਡ ਨੇ ਕਾਲ ਕੀਤੀ ਸੀ, ਕਹਿੰਦੀ ਫਟਾਫਟ ਆ ਜਾ। ਅੱਛਾ, ਫਿਰ ਹੁਣ ਤੂੰ ਜਾਏਂਗੀ ਕਿਹਦੇ ਨਾਲ? ਨਾ ਮੈਨੂੰ ਪਹਿਲਾਂ ਦੱਸ ਦਿੰਦੀ, ਮੈਂ ਤੇਰੇ ਵਾਸਤੇ ਕੁਛ ਬਣਾ ਦਿੰਦੀ, ਤੂੰ ਕੁਛ ਖਾ ਕੇ ਵੀ ਗਈ। ਬਸ ਕੋਈ ਨਾ ਦੀਦੀ, ਉੱਥੇ ਮੈਂ ਆਪੇ ਖਾ ਲਊ, ਤੁਸੀਂ ਜੀਜੂ ਨੂੰ ਫੋਨ ਕਰੋ, ਮੈਨੂੰ ਫਟਾਫਟ ਛੱਡ ਆਉਣਗੇ। ਮੇਰਾ ਫੋਨ ਤਾਂ ਅੰਦਰ ਚਾਰਜਰ ਤੇ ਲੱਗਿਆ ਹੋਇਆ। ਲੈ ਲਓ। ਇਹ ਤਾਂ ਤੁਹਾਡੇ ਪਿੰਡ 'ਚ ਨਾ ਬੱਸ ਵੀ ਨਹੀਂ ਕੋਈ ਆਉਂਦੀ ਹੈਗੀ ਚੱਜ ਨਾਲ, ਆਟੋ ਤੱਕ ਵੀ ਨਹੀਂ ਮਿਲਦਾ। ਇਹ ਕਿਹੜਾ ਛੇਤੀ ਫੋਨ ਚੱਕ ਲੂ, ਇਹ ਵੀ ਮੌਕੇ 'ਤੇ ਫੋਨ ਨਹੀਂ ਚੱਕਦਾ ਹੁੰਦਾ, ਪਤਾ ਨਹੀਂ ਕਿੱਥੇ ਬੈਠਾ ਹੁੰਦਾ, ਫੋਨ ਸਾਇਲੈਂਟ ਕਰਕੇ ਬੈਠਾ ਰਹਿੰਦਾ। ਹੁਣ ਚੱਕਿਆ ਨਹੀਂ? ਨਹੀਂ ਚੱਕਿਆ। ਚੱਲ ਠੀਕ ਹੈ ਦੀਦੀ, ਫੜਾਓ ਫੋਨ, ਮੈਂ ਲੇਟ ਹੋਈ ਜਾਂਦੀ ਹਾਂ, ਮੈਂ ਤਾਂ ਆਪੇ ਵਗ ਜੂੰਗੀ। ਐਂ ਕਰ, ਕੋਈ ਨਾ, ਤੜਫ ਨਾ, ਆ ਜਾ ਇੱਧਰ ਦੇਖਦੀ ਹਾਂ ਕਿ ਜੇ ਗਵਾਂਢੀਆਂ ਦਾ ਮੁੰਡਾ ਬਾਹਰੇ ਫਿਰਦਾ ਹੋਇਆ, ਉਹਨੂੰ ਕਹਿੰਦੀ ਸਾਡੀ ਸਕੂਟਰੀ ਲੈ ਕੇ ਛੱਡਿਆ। ਚੱਲ ਠੀਕ, ਛੱਡਿਆ ਆਊਗਾ ਤੈਨੂੰ, ਉਹ ਟਾਈਮ ਨਾਲ ਮੁੜੇ ਆਈ ਨਾਲੇ। ਹਾਂ ਹਾਂ ਦੀਦੀ, ਮੈਂ ਟਾਈਮ ਨਾਲ ਹੀ ਆਊਂਗੀ, ਮੈਨੂੰ ਪਤਾ ਤੁਹਾਡੇ ਪਿੰਡਾਂ 'ਚ ਬੱਸਾਂ ਤਾਂ ਮਸਾਂ ਮਿਲਦੀਆਂ ਨੇ। ਭੱਜੀ ਜਾਂਦੀ ਆ, ਐਨੀ ਵੀ ਹੌਲੀ ਤੁਰ ਲਵਾਂ ਦੀਦੀ, ਲੇਟ ਹੋ ਗਈ ਮੈਂ। ਜਿੱਦਣੇ ਮੌਕੇ 'ਤੇ ਨਾ ਲੋੜ ਪਵੇ ਤਾਂ ਇੱਥੇ ਵੀ ਨਹੀਂ ਕੋਈ ਦਿੰਦਾ, ਨਹੀਂ ਇਹਨਾਂ ਦਾ ਬੈਠਾ ਹੀ ਰਹਿੰਦਾ ਇੱਥੇ। ਫਿਰ ਹੁਣ ਦੀਦੀ ਲੈ ਕੀ ਹੋ ਗਿਆ, ਰਾਜਵੀਰ ਆਉਂਦਾ ਗਾ।
ਹਾਏ ਇਹ ਕਿੱਥੋਂ ਆ ਗਿਆ ਨਮੂਨਾ, ਇਹ ਪੁਲਿਸ 'ਚ ਆ? ਹਾਏ ਰੱਬਾ, ਮੈਂ ਤਾਂ ਉਹਦੇ ਨੂੰ ਕੀ ਕੁਛ ਬੋਲ ਗਈ ਸੀ। ਚੱਲ ਐਂ ਕਰਦੇ ਹਾਂ, ਹੁਣ ਮੂੰਹ ਹੀ ਢੱਕ ਲੈਂਦੇ ਹਾਂ। ਨਹੀਂ ਤੈਨੂੰ ਕੀ ਹੋ ਗਿਆ, ਤੂੰ ਕਾਹਤੇ ਮਗਰ ਜਿਹਾ ਹੋ ਕੇ ਖੜ ਗਈ? ਧੁੱਪ ਲੱਗ ਰਹੀ। ਲੈ ਦੱਸ ਰੀਤ ਮੈਡਮ, ਤੁਸੀਂ ਉਰੇ ਖੜੇ ਹੋ ਕਿਵੇਂ? ਆ ਮੇਰੀ ਭੈਣ ਆ ਗਈ, ਉਹ ਆ ਜਾ ਇੱਧਰ, ਸੰਗੀ ਜਾਂਦੀ ਆ। ਅੱਛਾ ਇਹ ਆ ਤੇਰੀ ਭੈਣ? ਹਾਂ ਹਾਂ, ਕਿਉਂ ਕੀ ਹੋ ਗਿਆ? ਨਾ ਨਾ ਕੁਛ ਨਹੀਂ ਹੋਇਆ। ਇਹਨੇ ਫੈਸਟੀਵਲ ਤੇ ਜਾਣਾ, ਇਹਦੇ ਕਾਲਜ 'ਚ ਫੈਸਟੀਵਲ ਆ। ਇਹ ਹੈ ਨਹੀਂ ਗਿਆ ਅੱਜ ਘਰ, ਨਵਦੀਪ ਪਤਾ ਨਹੀਂ ਬਾਹਰ ਗਿਆ ਹੋਇਆ, ਫੋਨ ਵੀ ਨਹੀਂ ਚੱਕਿਆ ਹੈਗਾ। ਮੈਂ ਦੇਖਦੀ ਸੀ, ਮੈਂ ਕਿਹਾ ਕਈ ਵਾਰੀ ਸਾਡੇ ਗਵਾਂਢੀਆਂ ਦਾ ਮੁੰਡਾ ਹੁੰਦਾ, ਮੈਂ ਕਿਹਾ ਉਹ ਛੱਡ ਆਊਗਾ। ਅੱਛਾ ਇਹਨੂੰ ਲੇਟ ਹੋਈ ਜਾਂਦਾ ਸੀ। ਆ ਜਾਓ ਚਾਹ ਪਾਣੀ। ਨਾ ਬਸ ਚਾਹ ਪਾਣੀ ਦਾ ਕੀ ਹੋਇਆ? ਮੈਂ ਤਾਂ ਅੱਜ ਜਾਣਾ ਨਹੀਂ ਸੀ, ਮੈਂ ਤੁਹਾਨੂੰ ਦੱਸਿਆ ਤਾਂ ਸੀਗਾ। ਮੈਂ ਤਾਂ ਉਹ ਕੇਸ ਬਾਰੇ ਕਹਿੰਦਾ ਸੀਗਾ, ਜਿਹੜਾ ਲੀਲੇ ਦਾ ਕੇਸ ਸੀਗਾ, ਦੇਖ ਲਿਆ ਸੀ ਉਹ? ਉਹ ਤਾਂ ਮੈਂ ਦੇਖ ਲਿਆ ਸੀ। ਅੱਛਾ ਤੇ ਚੱਲ ਫਿਰ ਮੈਂ ਚੱਲਦਾਗਾ, ਤੁਸੀਂ ਤਾਂ ਜਾਣਾ ਨਹੀਂ ਹੁਣ ਅੱਜ ਛੁੱਟੀ ਤੇ ਹੋ। ਲੈ ਐਂ ਕਰ ਰਾਜਵੀਰ, ਤੂੰ ਇਹਨੂੰ ਉੱਥੇ ਤਾਰ ਜੀ, ਇਹਨੇ ਬੱਸ ਫੜਨੀ ਆ ਉੱਥੋਂ ਘਰਾਟ ਤੋਂ। ਅੱਛਾ ਜਾ ਰਾਜਵੀਰ ਨਾਲ ਚੱਲ ਜਾਗਾ ਆਪਣਾ ਹੈਪੀ। ਨਹੀਂ ਦੀਦੀ ਮੈਂ ਵੇਟ ਕਰ ਲੂੰਗੀ ਜੀਜੂ ਦਾ। ਨਾ ਨਾ ਕੋਈ ਨਾ, ਫਿਰ ਕੀ, ਮੇਰੇ ਸਟਾਫ ਦਾ ਬੰਦਾ ਆ, ਮੈਨੂੰ ਰੋਜ਼ ਲੈ ਕੇ ਜਾਂਦੇ ਆ ਤੇ ਮੈਨੂੰ ਛੱਡ ਕੇ ਵੀ ਜਾਂਦੇ ਆ, ਤੂੰ ਇਹਨਾਂ ਨਾਲ ਚੱਲ ਜਾ, ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈਗੀ, ਛੱਡ ਦਿੰਦੇ ਹੈਗੇ। ਹਾਂ ਹਾਂ ਕੋਈ ਨਾ, ਚੱਲ ਠੀਕ ਆ ਦੀਦੀ। ਹਾਂ ਠੀਕ ਆ, ਓਕੇ, ਧਿਆਨ ਨਾਲ ਮੁੜੀ ਆਈ, ਠੀਕ ਆ? ਮਾੜਾ ਜਿਹਾ ਗੌਰ ਨਾਲ ਕਿਤੇ ਪਿੱਛੇ ਗਿਰ ਜਾਓ। ਚੱਲ ਕੋਈ ਨਾ, ਤੇਰੀਆਂ ਗੱਲਾਂ ਦਾ ਵੈਸੇ ਮੈਂ ਵੀ ਨਹੀਂ ਗੁੱਸਾ ਕਰਿਆ ਹੈਗਾ। ਅੱਛਾ ਜੀ, ਹਾਂ ਹਾਂ ਤੇ ਆ ਗਿਆ ਤੁਹਾਡਾ ਬੱਸ ਸਟਾਪ, ਬੱਸ ਤੇ ਵਗ ਜਾਓ ਕਿ ਮੈਂ ਛੱਡ ਕੇ ਆਵਾਂ? ਨਹੀਂ ਬਸ ਥੈਂਕ ਯੂ, ਮੈਂ ਆਪੇ ਚੱਲਦਾ। ਵੈਸੇ ਇੱਕ ਗੱਲ ਕਹਾਂ, ਸੋਹਣੇ ਬਹੁਤ ਤੁਸੀਂ। ਉਹ ਤਾਂ ਮੈਂ ਹੈਗੀ ਹਾਂ। ਤੁਸੀਂ ਤਾਂ ਰੀਤ ਨਾਲੋਂ ਵੀ ਵੱਧ ਸੋਹਣੇ ਹੋਗੇ ਜੀ। ਥੈਂਕ ਯੂ। ਚਲੋ ਵਧੀਆ, ਤੇ ਵੈਸੇ ਅੱਜ ਕਿੱਥੇ ਜਾ ਰਹੇ ਹੋਗੇ ਤੁਸੀਂ? ਅੱਜ ਮੇਰੇ ਕਾਲਜ 'ਚ ਨਾ ਫੈਸਟੀਵਲ ਹੈ। ਕਿਹੜੇ ਕਾਲਜ ਜੀ? ਪਟਿਆਲੇ। ਅੱਛਾ ਜੀ, ਸਾਨੂੰ ਵੀ ਲੈ ਚਲੋ। ਜ਼ਰੂਰ, ਅਸੀਂ ਵੀ ਘੁੰਮਾਵਾਂਗੇ ਤੁਹਾਡਾ ਕਾਲਜ। ਤੁਸੀਂ ਪਹਿਲਾਂ ਆਪਣੀ ਆਫਿਸ ਦੀ ਡਿਊਟੀ ਨਿਭਾਓ ਜਾ ਕੇ। ਉਹੀ ਤਾਂ ਗੱਲ ਹੈ ਜੀ, ਸਾਨੂੰ ਵਿਹਲੇ ਨਹੀਂ ਮਿਲਦੀ ਗੀ ਆ ਕੰਮਾਂ ਵਾਸਤੇ। ਚਲੋ ਠੀਕ ਹੈ, ਚੱਲ ਜਾਓ ਤੇ ਜੀਜੂ ਨੂੰ ਦੇਖ ਲੈ, ਖਾਣ ਦਾ ਰੌਲਾ ਪੈ ਜਾਊਗਾ। ਜੀ ਤੇਰੇ ਕੋਲੇ ਕਾਹਤੋਂ ਖੜਾ ਸੀ? ਚੱਲ ਤੇਰਾ ਜੀਜਾ ਉਰੇ ਕਿਤੇ ਨਹੀਂ ਆਉਂਦਾ ਹੈਗਾ, ਜੇ ਆ ਵੀ ਉਹ ਅਸੀਂ ਪੁਲਿਸ ਵਾਲੇ ਹੁੰਦੇ ਹੈਗੇ, ਕਿੱਧਰ ਨਹੀਂ ਤੇਰੇ ਜੀਜੇ ਤੋਂ ਡਰਦੇ ਹੈਗੇ। ਚਲੋ ਠੀਕ ਹੈ ਜਨਾਬ ਜੀ, ਜਾਓ ਹੁਣ ਡਿਊਟੀ ਨਿਭਾਓ ਆਪਦੀ। ਚੱਲ ਕੋਈ ਨਾ, ਬਸ ਆਉਣ ਵਾਲੀ ਹੋਣੀ ਤੇਰੀ। ਵੈਸੇ ਮੁੰਡਾ ਤਾਂ ਵਧੀਆ ਸੀਗਾ, ਮੈਨੂੰ ਹੀ ਪਤਾ ਨਹੀਂ ਪਹਿਲੇ ਦਿਨ ਕੀ ਗਲਤ ਫਹਿਮੀ ਹੋ ਗਈ। ਲੈ ਚਾਹ ਮਿੱਠਾ ਲਵੇ ਲੱਗਿਆ ਪਿਆ। ਹਾਂ ਨੀ, ਕੀ ਕਰਦੀ ਫਿਰਦੀ ਤੂੰ? ਕੁਛ ਨੀ ਮੰਮੀ, ਮੈਂ ਤਾਂ ਪਾਣੀ ਪੀਣਾ ਸੀ। ਨਾ ਉਹ ਕਿੱਧਰ ਗਈ ਤੜਕੇ ਦੀ, ਮੈਂ ਫਿਰੇ ਚੁੱਲ੍ਹੇ ਤੇ ਨੱਚਦੀ। ਉਹਦੇ ਕਾਲਜ 'ਚ ਅੱਜ ਫੈਸਟੀਵਲ ਸੀਗਾ, ਉੱਥੇ ਗਈ ਆ ਉਹ। ਚੋਦੀਆਂ ਫੈਸਲਾਂ ਸੱਸਲਾਂ ਨੇ, ਮੈਨੂੰ ਨੀ ਕੁਛ ਆਉਂਦਾ, ਮੈਂ ਤਾਂ ਇਹਦੀ ਦੋ ਦਿਨ ਮੇਰਾ ਹੱਥ ਵਟਾਊਗੀ, ਮੈਂ ਤਾਂ ਉਹੀ ਫਾਹੇ ਚੜੀ ਫਿਰਦੀ ਹਾਂ। ਕੋਈ ਨਾ, ਫਿਰ ਕੀ ਹੋ ਗਿਆ ਜੇ ਇੱਕ ਦਿਨ ਚਲੀ ਗਈ, ਹੁਣ ਸਾਰਾ ਕੰਮ ਤਾਂ ਉਹ ਕਰ ਲੈਂਦੀ ਆ, ਜੇ ਉਹ ਨਾ ਆਉਂਦੀ ਫਿਰ ਵੀ ਤਾਂ ਤੁਸੀਂ ਕਰਦੇ ਹੀ। ਨਹੀਂ ਉਹ ਗੱਲ ਅੱਡ ਹੈ, ਹੁਣ ਪਹਿਲਾਂ ਤਾਂ ਚਾਹ ਮਿੱਠਾ ਕਹਿੰਦੇ ਲੈ, ਮੈਂ ਤੜਕੇ ਹੁਣ ਚਾਹ ਦੀ ਸਲਾਹ ਕਰਦੀ ਤੇ ਹੱਥਾਂ ਤੜਕੇ ਤਾਂ ਮਿੱਠਾ ਰਹਿ ਗਿਆ, ਹੁਣ ਉਹ ਉੱਧਰ ਤੋਰਤੀ, ਮੈਨੂੰ ਐਂ ਦੀ ਚੱਲ ਵੀ ਤੈਨੂੰ ਬਿਠਾ ਕੇ ਰੱਖਾਂਗੇ, ਅਸੀਂ ਦੋਵੇਂ ਰਲ ਮਿਲ ਕੇ ਕੰਮ ਕਰ ਲਾਂਗੇ। ਤੂੰ ਇਹਦਾ ਸਮਾਂ ਉਹ ਚਮਲਾ ਰੱਖੀ ਹੈ ਬਾਈ। ਕੀ ਚਮਲਾ ਰੱਖੀ ਹੈ? ਕਦੋਂ ਤੋਰੀ ਉਹ ਕੱਲੀ, ਕੁਮਾਰੀਆਂ ਕੁੜੀਆਂ ਨਹੀਂ ਜਾਂਦੀਆਂ ਹੁੰਦੀਆਂ? ਕਾਲਜ ਜਾਂਦੀ ਆ ਉਹ ਰੋਜ਼, ਕਾਲਜ ਚੋਂ ਹੀ ਹਟੀ ਆ ਹੁਣ। ਕਾਲਜ ਕਿਹੜਾ, ਉਹਦੇ ਨਾਲ ਮੇਰਾ ਡੈਡੀ ਜਾਂਦਾ ਸੀਗਾ ਜਾਂ ਮੰਮੀ ਜਾਂਦੀ ਸੀ। ਨਵੀਆਂ ਗੱਲਾਂ ਨੇ, ਉਹਦਾ ਫੈਸਟੀਵਲ ਸੀ ਅੱਜ ਕਾਲਜ 'ਚ ਤਾਂ ਚਲੀ ਗਈ ਉਹਦੀਆਂ ਫਰੈਂਡਾਂ ਨੇ।
ਕੋਈ ਜਾਣਦੇ ਨਹੀਂ ਭੈਣੇ, ਉਹੀ ਖਾਣੀ ਕੀ ਕੰਜਰੀਆਂ ਕਰਦੀਆਂ ਫਿਰਦੇ, ਮੈਨੂੰ ਤਾਂ ਸਮਝ ਨਹੀਂ ਕੋਈ ਇਹ ਗੱਲਾਂ ਦੀ ਆ ਰਹੀ। ਉਹੀ ਨਾ ਮੰਮੀ, ਤੁਸੀਂ ਗਾਲਾਂ ਕੱਢੀ ਜਾਇਆ ਕਰੋ। ਗਾਲਾਂ ਖਾਣ ਵਾਲੇ ਕੰਮੇ ਕਰਦੀ, ਮੈਂ ਵਾਲੀ ਨਹੀਂ ਨਾਲ, ਉੱਥੇ ਮੈਂ ਬਾਹਰ 'ਚ ਬਹਿ ਜਾਂਦੀ। ਹਾਏ ਹਾਏ, ਮੈਨੂੰ ਨਾਲ ਲੈ ਜਾਂਦੀ। ਚੱਲ ਕੋਈ ਨਾ, ਮੈਨੂੰ ਨਹੀਂ ਸੀ ਪਤਾ, ਠੀਕ ਆ, ਉਹਨੇ ਜਾਣਾ ਸੀ ਚਲੀ ਗਈ, ਜੇ ਉਹ ਇੱਥੇ ਨਾ ਹੁੰਦੀ ਘਰੇ ਹੁੰਦੀ ਫਿਰ ਵੀ ਜਾਂਦੀ ਉਹ। ਘਰੇ ਤਾਂ ਹੁੰਦੀ ਹੁੰਦੀ। ਚਾਹ ਗੁੜਦੀ ਕੀ ਗੱਲ ਕਰਦੇ ਸੀ? ਆ ਲੈ ਵੇ ਲੱਗੇ ਪਏ ਚਾਹ ਕਲਾ, ਕੋਈ ਭਾਂਡੇ 'ਚ ਹੈਗਾ, ਕੱਲ ਦਾ ਖਾਣੀ ਪਰਸੋਂ ਦੇ। ਤੂੰ ਪੈਸੇ ਕੱਢੂਗਾ ਉੱਥੋਂ ਤੜਕੇ ਮੇਰੇ ਕਨੀ, ਮੈਂ ਤਾਂ ਲਿਆਵਾਂ ਜਾ ਕੇ। ਤੂੰ ਤਾਂ ਬਾਗ ਜੀ ਨੇ ਪਾ ਕੇ ਉੱਧਰ ਵਰਤੀ, ਆਇਆ ਗਿਆ ਘਰੇ ਆਉਂਦੇ। ਕੋਈ ਨਾ, ਮੇਰੀ ਸੈਲਰੀ ਨਹੀਂ ਪਈ ਹਜੇ, ਮੈਸੇਜ ਨਹੀਂ ਆਇਆ ਹੈਗਾ, ਜਦੋਂ ਆ ਗਿਆ ਮੈਂ ਆਪੀ ਪੈਸੇ ਕਢਵਾ ਕੇ ਲਿਆ ਦੂੰਗੀ, ਤੁਹਾਡੇ ਨਾਲੋਂ ਮੈਨੂੰ ਕਾਹਲੀ ਵੱਧ ਰਹਿੰਦੀ ਆ। ਇਹਦਾ ਸੈਲਰੀਆਂ ਫੈਲਰੀਆਂ ਨੇ ਮਾਰ ਲਈ, ਜੇ ਅੱਗੇ ਤਾਂ ਸਿੱਧਾ ਕੰਮ ਦੀ ਕਹੀਂ ਤਨਖਾਹ ਮਿਲੀ ਨਹੀਂ, ਆ ਨੌਂ ਤੇ ਕਨੌਂ ਮੈਨੂੰ ਆਉਂਦਾ ਨਹੀਂ, ਕੋਈ ਜਾਂਦਾ ਨਹੀਂ, ਜੇ ਬੋਲਦੀਆਂ ਫਿਰ ਕਬੱਤੀ ਵੱਜੂ। ਓਹੋ, ਫਿਰ ਉਹੀ ਕਹਿੰਦੀ ਵੀ ਸੈਲਰੀ ਪਊਗੀ ਜਦੋਂ ਉਹਦਾ ਮੈਸੇਜ ਪਹਿਲਾਂ ਆਊਗਾ, ਜਦੀ ਖਾਤੇ 'ਚ ਪੈਸੇ ਆ ਜਾਣਗੇ ਮੈਂ ਲਿਆ ਕੇ ਤੁਹਾਨੂੰ ਦੇ ਦੂੰ। ਨਾ ਮਹੀਨੇ ਤੋਂ ਦੂਜਾ ਲੱਗਾ, ਤੇਰੀ ਸੈਲਰੀ ਨਹੀਂ ਪੈਣ 'ਚ ਆਉਂਦੀ। ਕਈ ਵਾਰੀ ਮੰਮੀ ਲੇਟ ਫੇਟ ਹੋ ਜਾਂਦੀ ਹੁੰਦੀ ਆ, ਕਿ ਤੁਸੀਂ ਐਵੇਂ ਨਾ ਹੋ ਕਰਿਆ ਕਰੋ, ਮੈਨੂੰ ਮਾੜਾ ਜਿਹਾ ਕੁਛ ਉਹ ਕਰ ਦਿਓ ਖਾਣ ਨੂੰ, ਮੈਨੂੰ ਭੁੱਖ ਲੱਗੀ ਆ। ਕੀ ਖਾਵੇਂਗੀ ਹੁਣ, ਕੀ ਝੂਠ ਸਮਝਦਾ ਜੇ ਖੁਰਾਂ ਨੂੰ ਪਾਣੀ ਲਾਇਆ, ਦੱਸ ਕੀ ਖਾਵੇਂਗੀ? ਐ ਕਰੋ, ਆਪਣੇ ਧਣੀਆਂ ਧੁਣੀ ਲੱਗੇ ਚਟਨੀ ਕੁੱਟ ਲਓ, ਵਧੀਆ ਜੀ ਕਰਾਰੀ ਜੀ, ਮੈਂ ਉਹਦੇ ਨਾਲ ਦੋ ਰੋਟੀਆਂ ਖਾ ਲੂੰਗੀ। ਐਂ ਤਾਂ ਬਥੇਰੀ ਜੀਭ ਮੂਤਦੀ ਹੈ, ਫਿਰ ਹੁਣ ਮੂਤਦੀ ਆ, ਮੈਨੂੰ ਜੀ ਕਰਦਾ ਖਾਣ ਨੂੰ। ਆਹੋ, ਜੀ ਤਾਂ ਤੇਰਾ ਗੋਹੇ ਨੂੰ ਵੀ ਕਰਦਾ, ਕਿੱਥੇ ਚੰਬੜੀ ਹੈ, ਚਮਲਾ ਰੱਖੇ ਮੁੰਡੇ ਜੇ ਨਸਾਂ ਦੇ ਰਹੂੰ ਆਏ ਦੇ, ਉਹ ਬੁਲਾਈ ਤੀ ਉੱਧਰ ਤੋਂ ਉੱਥੇ ਲੰਡਰ ਲੰਡਰ ਪਣੇ ਕਰਨਾ, ਲੈ ਹਜੇ ਮੈਨੂੰ ਬੁੜੀਆਂ ਨੂੰ ਕਿੱਦਾਂ ਸਿਖਾਉਂਦੇ ਨੇ ਕੰਜਰ ਕਰਨਾ, ਕਿਹੜਾ ਪੜ੍ਹਾਈਆਂ ਕਰਨੀਆਂ, ਖਬਰ ਕੀ ਕਰਦੀਆਂ ਫਿਰਦੀਆਂ ਨੇ ਬਾਹਰੇ। ਹੁਣ ਲੈ ਹੁਕਮੇ ਲਾ ਗਈ ਚਟਣੀ ਨੂੰ, ਰਗੜੂੰਗੀ ਬਾਈ ਮੈਂ ਤਾਂ, ਰੋਟੀ ਤਾਂ ਖਵਾਉਣੀ, ਜਿਹੜਾ ਅੰਦਰ ਜੀ ਆਉ ਤਾਂ ਭੁੱਖਾ ਮਰੂ। ਕੀ ਕਰਾਂ ਇਹਦਾ, ਇਹ ਤਾਂ ਸਾਰਾ ਦਿਨ ਪੁੜ 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 ਕਰਦੀ ਰਹਿੰਦੀ ਆ। ਆ ਮੇਰੀ ਭੈਣ ਨੂੰ ਹੀ ਗਾਲਾਂ ਕੱਢੀ ਜਾਂਦੀ ਆ, ਦੱਸ ਵੀ ਤੁਸੀਂ ਨੌਕਰਾਣੀ ਥੋੜੀ ਲਿਆਂਦੀ ਆ ਉਹ, ਜੇ ਆ ਗਈ 4 ਦਿਨ ਮੇਰੇ ਕੋਲੇ ਰਹਿਣ। ਕਿੱਧਰ ਭੱਗ ਗਈ? ਲੈ ਬੈਠੀ ਹੈਗੀ। ਓਏ ਓਰੇ ਭਾਂਡੇ ਮਾਂਜੀ ਇੰਨੀ ਬੈਠੀ, ਫਿਰ ਕਹਿੰਦੀ ਆ ਮੈਨੂੰ ਚੱਕਰ ਆਉਂਦੇ, ਐ ਆਉਂਦਾ ਫਲਾਣਾ, ਇੰਨੀ ਧੁੱਪ ਹੋ ਰਹੀ ਆ ਫੇਰ ਮਾਂਜ ਲਈ। ਫਿਰ ਹੁਣ ਭਾਂਡੇ ਤਾਂ ਧੋਣੇ ਹੀ ਸੀ, ਮੈਂ ਕੀ ਕਰਾਂ? ਉਹ ਤੂੰ ਹੈਪੀ ਨੂੰ ਕਹਿ ਦੇ, ਉਹ ਮੈਂ ਨਹੀਂ ਕਰੇ। ਉਹ ਕਿੱਧਰ ਭੱਗ ਗਈ? ਉਹਦੇ ਕਾਲਜ 'ਚ ਅੱਜ ਫੈਸਟੀਵਲ ਸੀਗਾ, ਉੱਥੇ ਗਈ ਆ। ਉਹ ਕਿਹਦੇ ਨਾਲ ਭੱਗ ਗਈ? ਇੰਨੇ ਤੁਹਾਨੂੰ ਫੋਨ ਕਰੇ, ਪਹਿਲਾਂ ਇਹ ਦੱਸੋ ਫੋਨ ਕਾਹਤੋਂ ਨਹੀਂ ਚੱਕਿਆ ਸੀਗਾ? ਉਹਦਾ ਕੰਮ ਤੇ ਗਿਆ ਹੋਇਆ ਸੀ ਮੈਂ। ਚੱਲ ਨਹੀਂ ਤੂੰ ਪੂਰੇ ਖੜੀ ਹੋ ਜਾ, ਉੱਥੇ ਬੈਠਦੇ ਆਪਾਂ। ਇੰਨੇ ਫੋਨ ਕਰੇ ਵੀ ਉਹਨੂੰ ਛੱਡ ਕੇ ਆਉਣਾ ਸੀਗਾ। ਓਏ ਆ ਜਾ, ਖੜੀ ਹੋ ਜਾ, ਬਾਅਦ ਚੋਂ ਮਾਂਜ ਲਈ। ਓਹੋ, ਮੈਨੂੰ ਮਾਂਜ ਲੈਣ ਦੋ, ਹੁਣ ਦੋ ਤਾਂ ਭਾਂਡੇ ਨੇ। ਕੰਮ ਦੀ ਗੱਲ ਆ ਕੋਈ ਜ਼ਰੂਰੀ? ਕੀ ਕੰਮ ਦੀ ਗੱਲ ਆ? ਬੀਜ ਖੜ ਕੇ ਦੱਸ ਦਿੰਦਾ। ਫਿਰ ਭਾਂਡੇ ਦਾ ਧੋ ਲੈਣ ਦੋ ਹੁਣ। ਆਇਆ ਭੱਜਿਆ, ਬਾਅਦ ਚੋਂ ਧੋ ਲਈ। ਉਹ ਇਹਨੇ ਹਰੀ ਉਠਾ ਦਿੰਦੇ ਆ। ਓ ਯਾਰ, ਤੇਰਾ ਵੀ ਦਿਮਾਗ ਕਰਦਾ ਨਹੀਂ ਕੰਮ। ਮੇਰਾ ਤਾਂ ਆਪੀ ਨਹੀਂ ਕਰਦਾ ਦਿਮਾਗ ਕੰਮ, ਥੋੜਾ ਕਰਦਾ ਨਾ ਮਾਂ ਪੁੱਤਾਂ ਦਾ ਵਾਲਾ। ਉਹ ਕਿਹਦੇ ਨਾਲ ਗਈ ਹੈਗੀ? ਕਿਹਦੇ ਨਾਲ ਗਈ ਆ ਕੀ? ਉਹਦਾ ਰਾਜਵੀਰ ਆਇਆ ਸੀਗਾ ਕੇਸ ਬਾਰੇ ਗੱਲ ਕਰਨ, ਫਾਈਲ ਜੀ ਫੜਨ। ਉਹ ਫੇਰ ਆਉਣ ਲੱਗ ਗਿਆ। ਉਰੇ ਕਾਨੂੰ ਆਇਆ ਸੀ। ਹਾਂ, ਉਹ ਤਾਂ ਕੁਦਰਤੀ ਉਹਨੂੰ ਫਾਈਲ ਫੜਾਉਣੀ ਸੀ ਕੋਈ, ਮੈਂ ਬਾਹਰ ਖੜੀ ਸੀ ਉਹਨੂੰ ਚੜਾਉਣ ਵਾਸਤੇ, ਮੈਂ ਕਿਹਾ ਚੱਲ ਇੱਧਰ ਦੇਖਦੀ ਆ, ਗਵਾਂਢੀਆਂ ਦਾ ਮੁੰਡਾ ਹੋਇਆ, ਉਹ ਆ ਗਿਆ, ਮੈਂ ਉਹਨੂੰ ਕਿਹਾ ਵੀ ਇਹਨੂੰ ਘਰਾਟ ਤੇ ਛੱਡ ਦੀ। ਤੂੰ ਤਾਂ ਜਾਣੇ ਅਗਲਾ ਕੋਈ, ਉਹ ਵੀ ਜਾਣ ਲੱਗ ਗਈ ਆ ਕੇ। ਨਾ ਮੈਂ ਜਾਣੀ ਨੂੰ ਕੁਛ ਗਲਤ ਕਰਦੀ ਫਿਰਦੀ ਆ? ਉਹ ਲੋਕ ਦਾ ਤੈਨੂੰ ਪਤਾ ਨਹੀਂ, ਤੂੰ ਤਾਂ ਨਹੀਂ ਗਲਤ, ਲੋਕ ਤਾਂ ਗਲਤ ਨੇ, ਠੀਕ ਹੈ ਨਾ? ਮੈਂ ਤੋਂ ਨਹੀਂ ਬਾਬਾ ਬੋਲਿਆ ਜਾਂਦਾ, ਮੈਨੂੰ ਆਉਂਦੇ ਆ ਚੱਕਰ, ਮੇਰਾ ਸਿਰ ਬਾਲਾ ਦੁਖਦਾ। ਉੱਥੇ ਤਾਂ ਤੈਨੂੰ ਆਉਂਦੀ ਨਹੀਂ ਹੈਗੀ ਤੇ ਚੱਕਰ, ਧੁੱਪੇ ਲੱਗ ਰਹੀ ਭਾਂਡੇ ਮਾਂਜਣਾ। ਫਿਰ ਹੁਣ ਮਾਂਜਣੇ ਹੀ ਨੇ, ਫਿਰ ਤੇਰੀ ਮਾਂ ਨੂੰ ਕਹਦੇ ਉਹ ਮਾਂਜ ਲੂਗੀ, ਉਹ ਪਤਾ ਕਿੰਨੀਆਂ ਮੈਨੂੰ ਸੁਣਾਉਂਦੀ ਆ ਪੁੱਠੀਆਂ ਸਿੱਧੀਆਂ। ਹੁਣ ਤਾਂ ਕੋਈ ਮਾਂਜ ਦੀਦੀ, ਤੂੰ ਕਾਹਤੋਂ ਬੰਨੀ ਦੀ ਫਿਰ? ਤੁਸੀਂ ਤਾਂ ਨਾ ਬੰਦੇ ਨੂੰ ਖੁਸ਼ ਰਹਿਣ ਹੀ ਨਾ ਦਿਓ ਕਦੇ, ਮੈਂ ਤਾਂ ਕਿਉਂ ਕਹਿੰਦੀ ਆ ਕਿਉਂ ਜਵਾਕ ਜਿਹਾ ਦੇਤਾ ਰੱਬ ਨੇ। ਖਰਚਾ ਆ ਇੱਕ ਸੱਚ ਜਵਾਬ ਤੋਂ ਜ਼ਿਆਦਾ, ਡਾਕਟਰ ਜੀ ਨੇ ਭੇਜੇ ਨੇ ਆ ਰਿਪੋਰਟ ਆਈਆਂ, ਦੇਖੀ ਮੜਾ ਜਾ ਪੜ ਕੇ ਅੰਗਰੇਜ਼ੀ ਚ ਲਿਖਿਆ ਹੋਇਆ ਕੀ ਲਿਖਿਆ ਹੋਇਆ, ਸਿੱਖ ਲੈਂਦੇ ਦੋ ਅੱਖਰ ਪੜਨੇ, ਵੇਖੀ ਮੜਾ ਜਾ ਕੀ ਗੱਲਬਾਤ ਆ। ਖੂਨ ਖਾਣ ਦੇ ਵਾਲਾ ਤਾਂ ਮੈਨੂੰ ਸਮਝ ਆ ਗਿਆ ਵੀ ਘੱਟ ਕਹਿੰਦਾ ਥੋੜਾ ਜਿਹਾ, ਕਹਿੰਦਾ ਘੱਟ ਹੈਗਾ, ਬਾਕੀ ਹੋਰ ਕੀ ਲਿਖਿਆ ਹੋਇਆ? ਖੂਨ ਘੱਟ ਆ ਡਾਕਟਰ ਕਹਿੰਦਾ, ਪਤਾ ਕਿੰਨਾ 7 ਗ੍ਰਾਮ ਆ ਸਾਰਾ ਹੀ। ਉਹ ਤਾਂ ਬਾਕੀ ਕਿੱਧਰ ਪੀ ਗਈ?
ਪੀ ਗਈ ਮੈਂ ਆਪਦਾ ਹੀ ਖੂਨ ਪੀਊਂਗੀ। ਲੱਗ ਗਿਆ ਪਤਾ ਹੁਣ ਵੀ ਕਿੰਨਾ ਖੂਨ ਘੱਟ ਗਿਆ ਮੇਰਾ। ਨਹੀਂ ਹੋਰ ਗੱਲ ਛੱਡ, ਉਹ ਮੇਰੀ ਬੇਟੀ ਕਿਹਨੇ ਖੋਲੀ ਦੀ ਅੱਜ? ਉਹ ਬੇਬੇ ਇਹਦਾ ਪਹਿਲੀ ਖੂਨ ਘੱਟ ਹੈਗਾ। ਬੇ ਜੀ ਇਹਦਾ ਖੂਨ ਘੱਟ ਸਾਰੇ ਪਿੰਡ ਦੀ ਘੱਟ ਹੈ। ਤੂੰ ਇੰਨਾ ਨਹੀਂ ਗੱਲਾਂ 'ਚ ਆਇਆ ਕਰ, ਇਹਦਾ ਖੂਨ ਘੱਟ ਜੂਗਾ। ਕਿਹੜੇ ਪਾਸੇ ਖੂਨ ਘੱਟ ਗਿਆ, ਸਾਰਾ ਦਿਨ ਦੇਖ ਦੇਖ ਜਿਉਂਦਿਆਂ, ਚੰਗਾ ਖਾਂਦੀਆਂ ਮੰਦਾ ਬੋਲਦੀ ਹੈ, ਮੂੰਹ ਚਮਲਾਈ ਜਾਂਦਾ ਵਾਧੂ ਜੀ। ਕੰਮ ਤਾਂ ਹੁਣ ਨਿਕਲ ਨੀ ਸੋਚੋ, ਤੜਕੇ ਜੋ ਖਾਣੀ ਕਿੱਧਰ ਕੱਢਤੀ, ਅੱਠ ਸਰ ਮੈਸਰ ਮੈਨੂੰ ਆਉਂਦਾ ਨੀ ਕਹਿਣਾ, ਕਹਿੰਦੀ ਉੱਧਰ ਖਾਣੀ ਕਿਹਦੇ ਮੁੰਡੇ ਨੂੰ ਤੋਰੀ ਹੈ, ਪਤਾ ਨੀ ਕਿਹਦਾ ਮੁੰਡਾ ਹੋ, ਮੈਨੂੰ ਤਾਂ ਨੀ ਪਤਾ। ਫੈਸਟੀਵਲ ਤੇ ਗਈ ਆ ਯਾਰ, ਕਿੰਨੇ ਕੁ ਵਾਰੀ ਦੱਸਾਂ ਤੂੰ? ਤੈਨੂੰ ਨੀ ਫੋਨ ਕਰਕੇ, ਤੋਰ ਸਕਦੀ ਤੀ? ਉਹ ਮੈਨੂੰ ਕਰਿਆ ਦੀਗਾ, ਮੈਂ ਗਿਆ ਹੋਇਆ ਸੀ ਉਧਰ ਮੜਾ ਜਿਹਾ ਕੰਮ। ਪਹਿਲਾਂ ਤਾਂ ਉਹ ਮੈਨੂੰ ਕਹਿੰਦੇ ਇਹ ਆ ਇਹਦੇ ਨਾਲ ਜਾਂਦੀ ਹੈ, ਆ ਜਾਂਦੀ ਹੈ ਇਹਦੀ ਨੂੰਹ ਜਾਂਦੀ ਉਹਦੇ ਨਾਲ, ਉਹ ਜੀ ਉਹਦੇ ਨਾਲ ਚੜ ਗਈ, ਮੈਨੂੰ ਦੱਸ ਕਿਹਨੂੰ ਕਿਹਨੂੰ ਮੈਂ ਮੂੰਹ ਦਿਖਾਵਾਂ ਉੱਥੇ, ਲਾਲ ਮੂੰਹ 'ਚ ਛਿੱਤਰ ਦੇਣ ਆਉਂਦਾ, ਫਿਰ ਤੂੰ ਮੈਨੂੰ ਮਾੜੀ ਕਹਿ ਦੇਣਾ ਇਹਦੇ ਸੁਣ ਕੇ ਦੋ ਗੱਲਾਂ। ਉਹੀ ਤਾਂ ਗੱਲ ਆ, ਕੀ ਸਮਝਾਈ ਹੁਣ, ਜੇ ਇਹਨੂੰ ਕਹਿਣਾ ਤਾਂ ਮਰਦਾ, ਤੈਨੂੰ ਕਹਿਣਾ ਤਾਂ ਮਰਦਾ, ਮੈਂ ਤਾਂ ਵਿਚਾਲੇ ਫਸ ਗਿਆ। ਫਸਦਾ ਤੂੰ ਗਿਆ ਕੁਮਾਰੀ ਕੁੜੀ ਹੈ ਬਾਈ, ਉਹ ਲਿਆਂਦੀ ਦੇਖ ਲੈ, ਉਹ ਸਿਆਪਾ ਛੇੜ ਲਿਆ ਜਮੀ ਜਮੀ ਆਪਦੀ ਜਾਨ ਨੂੰ ਹੀ ਸਿਆਪਾ ਛੇੜ ਕੇ ਬਹਿ ਗਏ। ਨਹੀਂ ਪੁੱਤ ਕੁਮਾਰੀ ਕੁੜੀ ਆ, ਇਹ ਬਗਾਨੇ ਬੰਦੇ ਨੇ ਸੁਣ ਲੈ ਬਣ ਜਾਂਦੀ, ਛੋਟਾ ਨਾ ਜਿੰਨਾ ਬੰਦਾ ਭਲਾ ਸੋਚੇ ਓਨਾ ਹੀ ਮਾੜਾ ਗਾ। ਨਾਲ ਤੂੰ ਬਗ ਜਾਂਦੀ ਲੈ, ਪਰ ਇਹਨੂੰ ਸਾਰੇ ਟਰੱਕ ਚਲਾਉਣੀ ਆਵੇ, ਮੈਨੂੰ ਪਹਿਲਾਂ ਹੀ ਆਉਂਦੇ ਨੇਗੇ, ਤੁਰਿਆ ਤਾਂ ਮੇਤੋਂ ਜਾਂਦਾ ਨਹੀਂ ਹੈ। ਬੇਬੇ ਨੂੰ ਭੇਜ ਦੀ ਨਾਲ, ਮੈਂ ਨਹੀਂ ਜਾ ਸਕਦੀ, ਮੈਂ ਕਹਿੰਦੀ ਮੈਂ ਬਾਹਰ ਤੋਂ ਜਾਣਾ ਨਹੀਂ। ਮੈਂ ਫੈਸਟੀਵਲ ਤੇ ਕੌਣ ਨਾਲ ਜਾਂਦਾ ਹੁੰਦਾ? ਲੈ ਕੱਲੀਆਂ ਜਾਂਦੀਆਂ ਨੇ ਉਹ ਗੇਟ ਤੇ ਬਹਿ ਜਾਂਦੀ, ਗੰਦਰ ਹੋ ਬਗ ਜਾਂਦੀ। ਹਾਂ ਦੇਖ ਲੈ, ਆਹੀ ਗੱਲ ਮੈਂ ਕਹੀ ਦੀ, ਮੈਂ ਗੇਟ ਤੇ ਜਾ ਕੇ ਬਹਿ ਨਹੀਂ, ਕਿਉਂ ਮੇਰੇ 'ਚ ਕੀੜੇ ਪਏ ਤੇ ਮੈਨੂੰ ਮੁਸਕਾਉਂਦਾ ਤੋਂ ਲੋਕਾਂ ਨੂੰ ਮੇਰੇ 'ਚ। ਰੋਜ਼ ਬੱਸਾਂ 'ਚ ਇੰਨੀਆਂ ਕੁ ਝੁੱਗੀਆਂ ਪਾ ਲੈਣਗੀਆਂ, ਗੱਲੋਂ ਇੰਨੇ ਕੁ ਪੈਂਟਾਂ ਪਾ ਕੇ ਬੈਲਟਾਂ ਕੱਸ ਲਈਆਂ, ਨਾ ਵੱਡੇ ਸ਼ਰਮ, ਨਾ ਥੋੜੇ ਚੰਗੇ ਫੋਨ ਨੇ, ਹੋਰ ਵਿੱਚ ਆ ਜਾ, ਉੱਥੇ ਖੜੀਆਂ ਮੈਂ, ਉੱਥੇ ਬੈਠੀਆਂ, ਮੈਨੂੰ ਸਾਰਾ ਪਤਾ ਕਿਤੇ ਤਾਂ ਸੋਡੀਆਂ ਦਾ। ਕੋਈ ਤਾਂ ਗੱਲ ਆ, ਕਟਵਟ ਚੱਜਦੇ ਪਾਏ ਬੰਦਾ, ਤੋ ਤੋ ਨਾ ਰੱਬ ਵੀ ਡਰਦਾ ਸੌਂ ਲੱਗੇ ਤੁਸੀਂ। ਰੱਬ ਡਰਨਾ ਲੋਕਾਂ ਦੀਆਂ ਕੁੜੀਆਂ ਨੂੰ ਮੋਹ ਕਰਦੇ, ਅੱਜ ਕੱਲ ਮਾਡਰਨ ਜ਼ਮਾਨਾ, ਜਿਹਦਾ ਜਿਹੜਾ ਕੁਝ ਦਿਲ ਕਰਦਾ ਉਹ ਬੰਦਾ ਪਾਵੇ, ਕੋਈ ਰੋਕ ਥੋੜੀ ਲਾ ਸਕਦਾ। ਸਾਡੇ ਕੀ ਕੁੜੀਆਂ ਨਹੀਂ ਹੈਗੀਆਂ? ਸਾਡੇ ਕੁੜੀਆਂ ਕੋਈ ਨਹੀਂ ਹਜੇ ਪਾਉਂਦੀਆਂ। ਹਾਂ ਨਾ ਫਿਰ ਆਏ ਦੱਸ, ਹੁਣ ਸਾਡੇ ਸਾਰੇ ਕਹਿਣਗੇ ਮੰਮੀ ਮਾੜੀ ਹੁੰਦੀ ਆ, ਬੰਦਾ ਕੋਈ ਨਹੀਂ ਮਾੜਾ ਹੁੰਦਾ। ਮੇਰੀ ਗੱਲ ਸੁਣ, ਹੁਣ ਸਾਰੇ ਕਹਿਣਗੇ ਮੈਨੂੰ ਮੁੰਡੇ ਸਾਰੀ ਫਲਾਣੇ ਨਾਲ ਫਿਰਦੀ ਹੈ, ਇਹ ਗੱਲ ਸਾਡੀ, ਜੇ ਤੁਹਾਨੂੰ ਨਹੀਂ ਸ਼ਰਮ ਮੈਨੂੰ ਸ਼ਰਮ ਆਉਂਦੀ ਹੈ, ਆ ਤੂੰ ਪਰਾਣੀ ਆਏ ਤਾਂ ਹੋਏ ਬਗਾਨਿਆਂ ਨਾ ਸਾਨੂੰ ਜਮੀਨ ਕਿਤੇ ਬੋਲਣ ਜੋਗਰ ਚੜਦੇ ਨੀ, ਤੂੰ ਤਾਂ ਉਹਦਾ ਤੇਰੇ ਨੂੰ ਵੀ ਚਾਰ ਚੰਦੇ ਚੜਦੀ ਹੈ, ਮੈਂ ਤਾਂ ਤੂੰ ਲੋਟ ਲੱਗ ਦਿੱਤੀ, ਮੈਂ ਤਾਂ ਪਹਿਲਾਂ ਤੈਨੂੰ ਕਹਿੰਦੀ ਵੀ ਆਏ ਆ, ਹੁਣ ਉਹਦੀ ਤੇਰੀ ਵੀ ਪਤੰਦਰ ਨੀ ਆ ਗਈ। ਪਿੰਡੇ ਦਾ ਦੇਸੀ ਕੱਪੜੇ ਪਾਉਣੇ ਬਾਈ, ਤੁਹਾਡੀ ਆਹ ਸੋਚ ਆ ਨਾ ਸੋਚ, ਇਹਨੂੰ ਬਦਲ ਲਓ। ਅੱਛਾ ਵਿੱਚ ਮਾਰ ਕੇ, ਹਾਂ ਤੁਹਾਡੀ ਤੂੰ ਆਏ ਹੱਥ ਕਰਿਆ ਕਰਨ ਜਾਂਦੀ ਹੈ, ਤੁਹਾਡੀ ਸੋਚ ਠੀਕ ਹੈ, ਜਿਹਦੇ ਜੀ ਗਾ ਚੜਨਾ ਦੇਖੋ ਕੱਟਾ ਕ ਬੱਚਾ ਚਾਹੇ ਰੱਖਣ ਚੜਾ ਦਿੰਦੀ ਹੋ, ਸਾਨੂੰ ਇਹ ਗੱਲਾਂ ਚੰਗੀਆਂ ਲੱਗਦੀਆਂ, ਮਾੜਾ ਜ਼ਿਆਦਾ ਗੱਲ ਹੈ ਕੋਈ, ਨਾ ਸੰਗ ਨਾ ਵੱਡੇ ਦੀ ਨਾ ਛੋਟ ਰਹੀ, ਨਾ ਸ਼ਰਮ ਕੁੱਤੀਆਂ ਨੂੰ ਆਏ ਫਿਰਦੀਆਂ ਨੇ ਜਿਵੇਂ ਸੁੰਨੀਆਂ ਗਾਈਆਂ ਫਿਰਦੀਆਂ ਹੁੰਦੀਆਂ ਨੇ, ਮੈਂ ਕਦੇ ਵਾਸਤੇ ਆ, ਮੈਂ ਕੀ ਕਰਦੀ ਤੂਰੇ, ਮਾਪੀ ਛੱਡ ਕੇ ਆਉਂਦੀ ਕੁੜੀ ਨੂੰ? ਤੁਹਾਡੇ ਤੋਂ ਤਾਂ ਰੱਬ ਹੀ ਜਿੱਤੇ, ਠੀਕ ਹੈ ਮੇਰੇ ਤੋਂ ਨਹੀਂ ਬੋਲਿਆ। ਜੇ ਸੱਚੀ ਗੱਲ ਕਹਿੰਦੇ ਮੇਰੇ ਰੱਬ ਜਿੱਤੇ, ਚਾਹਵਲੀਆਂ ਫਿਰਦੀਆਂ, ਡਰ ਨਹੀਂ ਭਾਉਣੀ ਕੋਈ, ਸਾਹਿਬ ਤਾਂ ਸੁੰਨੀਆਂ ਫਿਰਦੀਆਂ ਨੇ ਬਾਈ, ਮੈਨੂੰ ਮੈਂ ਨਹੀਂ ਚੱਲ ਸਕਦੀ, ਮੇਰੇ ਤਾਂ ਆਪ ਅੱਗ ਲੱਗੀ ਪਈ ਆ ਉਦੋਂ ਦੀ, ਸੱਚੀ ਗੱਲ ਮਾੜੀ ਗਾ ਚੰਗੀ, ਮੈਨੂੰ ਨਹੀਂ ਵਧੀਆ ਲੱਗਦੀਆਂ ਗੱਲਾਂ, ਝੋਦੀਆਂ ਠੁੱਕਦਾਰੀਆਂ ਹੋਈਆਂ ਨੇ ਕੁੱਤੀਆਂ। ਉਹ ਆਉਂਦੀ ਹੈ ਹੁਣ ਫਸਣਗੇ ਸਿੰਘਾਂ, ਜਿਹੜੇ ਕਰਦੀਆਂ ਇੱਕ ਦੀਆਂ ਦੋ ਮੈਂ ਬਣਾਉਣੀਆਂ ਸਮਾਰ ਕੇ, ਰੋਲੀ ਪਈਆਂ ਇੱਧਰ ਕਿੱਧਰ ਹੋਵਾਂ ਮੈਂ, ਮੈਂ ਤਾਂ ਕਸੂਤੀ ਫਸੀ ਪਈਆਂ। ਮਾਸੀ ਕੀ ਹੋ ਗਿਆ, ਇਕੱਲੀ ਬੋਲਦੇ ਆ? ਆ ਗਈ ਪੁੱਤ ਨੂੰ, ਪਹਿਲਾਂ ਤਾਂ ਮੈਨੂੰ ਦੱਸ ਜਿਹੜੇ ਤੂੰ ਕੰਮ ਕਰੀ, ਫੈਸ਼ਨ ਫੂਸ਼ਨ ਥੋੜ੍ਹਾ ਹੋ ਗਿਆ ਠੀਕ,
ਕਿਹੜਾ ਫੰਕਸ਼ਨ? ਨਹੀਂ ਉਹ ਕੀ ਕਹਿੰਦੇ, ਮੈਂ ਤਾਂ ਆਉਂਦਾ ਨਹੀਂ ਅੰਗਲ ਅਗਰ ਨਾ ਅੰਗਰੇਜ਼ੀ ਤੂੰ ਤਾਂ ਪੜ੍ਹਦੀ ਹੋ। ਅੱਛਾ ਉਹ ਤਾਂ ਮੈਂ ਫੈਸਟੀਵਲ ਤੇ ਗਈ ਸੀ। ਨਹੀਂ ਤੂੰ ਫਿਰ ਕਿਸੇ ਨਾਲ, ਕਿਉਂਕਿ ਤੂੰ ਮੈਨੂੰ ਦੱਸ ਦਿੰਦੀ। ਕਿਸੇ ਨਾਲ? ਉਹ ਤਾਂ ਨਾ ਮੈਨੂੰ ਦੀਦੀ ਦਾ ਜਿਹੜਾ ਉੱਥੇ ਲੱਗਿਆ ਹੋਇਆ ਜੋਬ ਤੇ ਨਾਲ ਹੀ ਕੰਮ ਕਰਦੇ ਨੇ, ਉਹ ਦੀਦੀ ਨੇ ਮੈਨੂੰ ਉਹਨਾਂ ਦੇ ਨਾਲ ਹੀ ਭੇਜਤਾ। ਨਹੀਂ ਦੀਦੀ ਤਾਂ ਕੰਜਰੀ ਹੈ, ਨਾ ਤਾਂ ਤੈਨੂੰ ਚੜਾਤਾ, ਨਾ ਗੱਲੋਂ ਅੰਦਰ ਪਈਆ ਹੋਈ ਲੀਟੀ, ਨਾ ਤੇਰੀਆਂ ਗੱਲਾਂ ਬਣਾਈਆਂ ਨੇ। ਮੇਰੀਆਂ ਗੱਲਾਂ? ਆਹੋ, ਕਹਿੰਦੀ ਉਹ ਤਾਂ ਆਹੀ ਨਹੀਂ ਬਹੁ ਨਹੀਂ, ਤੂੰ ਇਹਦੀਆਂ ਗੱਲਾਂ 'ਚ ਨਾ ਆਇਆ ਕਰ, ਤੂੰ ਮੈਨੂੰ ਕਹੀ ਮੈਂ ਤੈਨੂੰ ਚੜਾ ਕੇ ਨਹੀਂ ਤੇਰੇ ਨਾਲ ਆ ਜਾਂਦੀ। ਨਾ ਮੇਰੀਆਂ ਕੀ ਗੱਲਾਂ ਬਣਾਤੀਆਂ ਮਾਸੀ? ਬਥੇਰਾ ਕੁਛ ਬਣਾ, ਤੈਨੂੰ ਦੱਸਣ ਚਾਹੀਦਾ, ਬਹਿ ਕੇ ਦੱਸ ਦਿਆਂ, ਅੱਜ ਇੱਥੇ ਤਾਂ ਕੋਈ ਲੋਕ ਸੁਣ ਲੈਣਗੇ। ਚੱਲ ਉਹਦੀ ਕਰਤੂਤ ਚੱਲ, ਮੈਂ ਤਾਂ ਅਜੇ ਮੇਰੇ ਤਾਂ ਉਹ ਪੈਣੇ ਸਾਰੇ ਕੰਮ। ਨਾ ਮਾਸੀ, ਅਹੀ ਜੀ ਕੀ ਗੱਲ ਬਣਾਤੀ ਦੀਦੀ ਨੇ ਮੇਰੀ? ਬਸ ਐਂ ਕਰਦੀ ਹੈ, ਬਹੁ ਕਰਦੀ ਹੈ, ਇਹਨੂੰ ਕਰਦੀ ਹੈ, ਤੈਨੂੰ ਪਤਾ ਤਾਂ ਹੈਗਾ ਕਹੀ ਜੀ ਹੈ। ਤੈਨੂੰ ਮੈਂ ਦੱਸਾਂ, ਜਿਹੜੀ ਕਰਤੂਤ ਤੇਰੀ ਭੈਣ ਦੀ, ਕੰਧਾਂ ਦੇ ਵੀ ਕੰਨ ਹੁੰਦੇ ਨੇ, ਅੰਦਰ ਪਈਆ ਤਾਂ। ਨਹੀਂ ਮਾਸੀ, ਮੇਰੀ ਗੱਲ ਸੁਣ, ਦੀਦੀ ਨੇ ਮੈਨੂੰ ਆਪ ਹੀ ਤਾਂ ਭੇਜਿਆ, ਉਹ ਜਿਹੜਾ ਮੁੰਡਾ ਉਹਦੇ ਨਾਲ ਕੰਮ ਕਰਦਾ, ਫਿਰ ਦੀਦੀ ਨੇ ਕੀ ਗੱਲਾਂ ਬਣਾਤੀਆਂ ਮੇਰੀ? ਨਹੀਂ ਗੱਲਾਂ ਤਾਂ ਉਦੋਂ ਦੀਆਂ ਜਾਂ ਉਹਦੇ, ਜੋ ਤੂੰ ਭਾਗੀ ਕਿ ਨਾ ਉਹਦੀ, ਲੈ ਆਹ ਕਬਸ ਕਰਨ ਆਈ ਹੈ, ਆਹੋ ਭਾਗੀ, ਆਹੋ ਚੜ ਗਈ, ਇਹ ਤਾਂ ਪਹਿਲੇ ਦਿਨ ਦੇਖੀ ਜੀ, ਇਹ ਤਾਂ ਪੱਤੇ ਚੜ੍ਹਦੀ ਫਿਰਦੀ ਹੈ, ਮੇਰੇ ਤਾਂ ਅੱਗੇ ਗਿਆ ਹੁਣ, ਮੈਂ ਸਾਰਾ ਤਾਂ ਉਸ ਕਰਕੇ ਹੀ ਹਾਂ, ਹਰੇ ਸਾਰ ਉਹ ਪਈ ਲਿਟੀ, ਜੇ ਨਵਦੀਪ ਕੋਲ ਦੱਸਦੀਆਂ ਉਹ ਇਹਦੇ ਗਿੱਟੇ ਤੋੜ ਦੂ ਆ ਕੇ। ਇੰਨਾ ਕੁਛ ਬੋਲਿਆ ਮੇਰੇ ਬਾਰੇ? ਵਾਧੂ ਵਾਧੂ ਦੱਸ ਨਹੀਂ ਸਕਦੀ ਤੈਨੂੰ, ਜਿਹੜੇ ਕੁਛ ਬੋਲੀਏ ਤੇਰੇ ਵਾਸਤੇ, ਇੰਨਾ ਗੰਦ ਸਿਆਣਿਆ ਅੱਜ, ਤੂੰ ਭੈਣ ਕਹੀ ਇੰਨੀਆਂ ਹੀ ਭੈਣਾਂ ਹੁੰਦੀਆਂ ਨੇ, ਇਹਦੇ ਚੁਗਲ ਕੁੱਤੀ ਹੈ। ਕੋਈ ਨਾ ਮਾਸੀ, ਮੈਂ ਪੁੱਛਦੀ ਹਾਂ ਉਹਨੂੰ ਜਾ ਕੇ ਵੀ ਕੀ ਬੋਲਦੀ ਹੈ ਮੇਰੇ ਬਾਰੇ। ਨਹੀਂ ਚੱਲ, ਤਾਂ ਪੁੱਛਣ ਦਾ ਕਾਨੂੰ ਹੈ, ਫਿਰ ਗੱਲ ਵੱਧ ਜੂਗੀ। ਪਹਿਲਾਂ ਤੂੰ ਮੈਨੂੰ ਐਂ ਦੱਸ, ਜਦੋਂ ਤੂੰ ਘਰੇ ਹੁੰਦੀ ਮੈਂ ਕੋਈ ਕੰਮ ਕਰਦੀ ਹਾਂ? ਸਾਰਾ ਕਰਦੀ ਹੈ, ਡੱਕਾ ਨਹੀਂ ਤੋੜਿਆ, ਸਮਾਂ ਤੇਰੇ ਤੇ ਅੱਗ ਦੇ ਫੂਸ ਲੱਗੀ ਪਾਉਣ, ਐਂ ਕਰਦੇ ਬਹੁ ਕਰਦੇ, ਕਰਨਾ ਤਾਂ ਕੀਤੀ, ਹੁਣ ਤੂੰ ਪੁੱਤੇ ਚੁੱਪ, ਮੈਂ ਤਾਂ ਤੇਰੇ ਕੋਲ ਢਿੱਡ ਫਰੋਲਿਆ, ਤੂੰ ਮੇਰੀ ਧੀ ਹੈ, ਕਿਸੇ ਕੋਲ ਤੁਸੀਂ ਡੁੱਬੋ ਦਈਏ ਕਰ, ਤੂੰ ਹਾੜੇ ਮੇਰੀ ਧੀ ਬਣ ਕੇ ਦੱਸਤੇ, ਤੂੰ ਇੱਥੇ ਰਹੇ, ਕਹਿੰਦੇ ਜੇ ਰਾਹ ਪੈ ਕੇ, ਜੇ ਵਾਹ ਪੈ ਕੇ, ਬੰਦੇ ਦਾ ਪਤਾ ਲੱਗਦਾ। ਸਹੀ ਗੱਲ ਆ ਮਾਸੀ ਤੁਹਾਡੀ, ਇਹ ਤਾਂ ਤੈਨੂੰ ਰਹਿ ਕੇ ਭੇਜ ਕੇ ਮੈਨੂੰ ਆਪ ਹੀ ਬਦਨਾਮ, ਤੈਨੂੰ ਤਾਂ ਹੀ ਤਾਂ ਕਹਿੰਦੂ ਰਹੇਗੀ, ਤੈਨੂੰ ਆਪ ਹੀ ਪਤਾ ਨਹੀਂ ਕੀ ਕਰਤੂਤਾ ਕਰਦੇ ਕੀ। ਜੇ ਮੈਂ ਜਵਾਕ ਨੂੰ ਦੱਸਦੀ ਹਾਂ ਸਾਡੇ ਘਰ 'ਚ ਜ਼ਿਆਦਾ ਕਰੇਸ ਪਊਗਾ, ਫਿਰ ਅਗਲਾ ਕਹਿੰਦਾ ਕੁੜੇ ਬੱਚਾ ਹੋਣਾ ਪਤਾ ਨਹੀਂ ਇਹੀ ਕੰਜਰੀ ਹੈ, ਹੁਣ ਤੀ ਤੈਨੂੰ ਰਹਿ ਕੇ ਪਤਾ ਲੱਗ ਜੂ, ਪਰ ਤੂੰ ਮੇਰੀ ਗੱਲ ਕਿਸੇ ਕੋਲ ਭਾਫ ਨਾ ਕੱਢੀ। ਨਹੀਂ ਤੂੰ ਦੇਖ ਕੇ ਸਮਾਰ ਕੇ ਆਪੀ, ਤੈਨੂੰ ਸਾਰਾ ਪਤਾ ਹੱਥਾਂ ਤੜਕੇ 'ਚ ਪਤਾ ਕੀ ਕਰਦੀ ਹੈ, ਨਾ ਪੁੱਛਣੀ ਕਿ ਤੂੰ ਅੱਜ ਕੀ ਕੰਮ ਕਰੇ, ਮੈਂ ਤਾਂ ਸੁੰਭਰਨਾ ਪਿਆ ਸਾਰਾ ਅਜੇ। ਕੋਈ ਨਾ, ਮੈਂ ਗੱਲਾਂ ਗੱਲਾਂ 'ਚ ਪੁੱਛੂਗੀ, ਤਾਂ ਉਹਨੇ ਮੈਨੂੰ ਦੱਸਣਾ ਨਹੀਂ, ਟਕਿਆ ਨਾ ਪੁੱਛੀ, ਬਗਾ ਨਾ ਪਾਈ, ਮੇਰਾ ਨਾਂ ਨਾ ਕਿਤੇ ਲਈ ਨਹੀਂ। ਨਹੀਂ ਤੇ ਮੇਰੀ ਗੁੱਤ 'ਚ ਹੱਥ ਪਵਾ ਦੇ ਹਜੇ ਲੰਡੀ ਗੱਲ, ਤਾਂ ਉਹਨੂੰ ਸ਼ਰਮ ਨਹੀਂ ਬੋਲਦੇ, ਉਹਨੂੰ ਵੱਡੇ ਤੁਸੀਂ ਆਰਾਮ ਕਰੋ, ਮੈਂ ਕੰਮ ਕਰਦਾ। ਆਰਾਮ ਕਿਹੜਾ, ਮੈਂ ਤੜਕੇ ਦੀ ਮੱਛੀ ਪਈ ਆ, ਤੜਕੇ ਦਾ ਖੁਰਾਂ ਨੂੰ ਪਾਣੀ ਨਹੀਂ ਲੱਗਿਆ, ਕਹੀ ਆਰਾਮ ਕਰੋ ਮਾਸੀ, ਕੀ ਆਰਾਮ ਸਵਾਹ ਕਰਾਂਗੇ, ਹੁਣ ਜਾਂਦੀ ਹੈ, ਪਤਾ ਨਹੀਂ ਜਾ ਕੇ ਉਦੋਂ ਪੜਾਕੇ ਪਾ ਦੇ ਕਿਤੇ, ਮੈਂ ਤਾਂ ਭਾਵੇਂ ਕੋਠੀ ਜਿਹੀ ਹੈਗੀ ਤੇ ਭੈਣੇ ਢਿੱਡ 'ਚ ਗੱਲ ਖੜੀ ਨਹੀਂ, ਇਹ ਤਾਂ ਇੰਨੀਆਂ ਜਿਹੀਆਂ ਦੋਏ ਭੈਣਾਂ, ਮੈਨੂੰ ਤਾਂ ਲੱਗਦਾ ਇਹ ਲੋਟ ਲੱਗਦੀ ਹੋ ਮੈਨੂੰ, ਅਜੇ ਤੋਂ ਵੀ ਨਾ ਮੈਂ ਰੁਕ ਗਈ, ਉਹ ਤਾਂ ਬਾਹਰ ਪਈ ਆ ਲੀਟੀ, ਦੱਸ ਉਹਨੂੰ ਕੀ ਕਹੂੰ, ਜੇ ਕੰਮ ਨੂੰ ਕਹੂਗੀ ਫਿਰ ਕਹੂਗੀ ਤੇਰੇ ਕੀ ਟੁੱਟੇ ਹੋਏ ਨੇ, ਤੂੰ ਬੋਲਦੀਆਂ ਝੋਦੇ ਪੁਲਿਸ ਦੇ ਲੱਗੀ ਹੋਈ ਦੇਖ ਰਹੀ, ਮੈਂ ਫਸ ਗਈ ਸਮਾਂ ਕਸੂਤੀ, ਕਿਸੇ ਨੂੰ ਕੁਛ ਕਹਿਣ ਜੋਗਰੀ ਨਹੀਂ, ਨਾ ਸੁਣਨ ਜੋਗਰੀ, ਆਹ ਫਿਰ ਗਿਆ ਤੜਕੇ ਦੀ ਰੂਈ ਕੰਮਾਂ 'ਚ, ਜਾਨ ਨਿਕਲ ਪਈ ਹੈ, ਨਾਲੇ ਕਿਸੇ ਨੂੰ ਦੱਸਣ ਜੋਗਰੇ ਨਹੀਂ, ਘਰ ਦਾ ਜਾਣ ਮੁਰਖ ਦੀ ਹਾਸੀ ਹੋਈ ਪਈ ਹੈ। ਆ ਗਈ ਹੈਪੀ? ਹਾਂ ਆ ਗਈ। ਕੀ ਹੋ ਗਿਆ, ਤੈਨੂੰ ਕਿਸੇ ਨੇ ਕੁਛ ਕਿਹਾ? ਨਾ ਮੈਨੂੰ ਤਾਂ ਕਿਹਨੇ ਕਹਿਣਾ ਕੁਛ, ਮੈਂ ਤਾਂ ਐਂ ਦੇਖ ਰਹੀ ਸੀ ਵਿਚਾਰੀ ਬੇਬੇ ਕੰਮ ਕਰੀ ਜਾਂਦੀ ਹੈ ਬਾਹਰ। ਕੰਮ ਤਾਂ ਮੈਂ ਕਰਕੇ ਹਟੀ ਹਾਂ ਸਾਰਾ, ਮੇਰਾ ਸਿਰ ਤਾਂ ਹੀ ਦੁਖਣ ਲੱਗ ਗਿਆ, ਚੱਕਰ ਆਉਣ ਲੱਗ ਗਿਆ, ਮੈਂ ਤਾਂ ਹੀ ਬੰਨ ਕੇ ਬੈਠੀ ਹਾਂ। ਉਹ ਦੀਦੀ ਬਸ ਰਹਿਣ ਦਿਆ ਕਰੋ, ਇੰਨੇ ਵੀ ਭੋਲੇ ਨਾ ਬਣਿਆ ਕਰੋ, ਕੰਮ ਤਾਂ ਵਿਚਾਰੀ ਬੇਬੇ ਧੁੱਪੇ ਕਰੀ ਜਾਂਦੀ ਆ, ਤੇ ਤੁਸੀਂ ਇੱਥੇ ਉਈ ਗਈ ਇਹਨੂੰ ਮੈਂ ਕੰਮ ਕਰ। ਮੇਰੀ ਗੱਲ ਸੁਣ ਲਾ, ਤੂੰ ਨਾ ਸਾਡੀ ਬੁੜੀ ਦੇ ਮਗਰ ਨਾ ਲੱਗ, ਬੁੜੀ ਸਾਡੀ ਬਹੁਤ ਤੇਜ਼ ਆ ਗਈ, ਤੂੰ ਉਹਦੀਆਂ ਗੱਲਾਂ 'ਚ ਨਾ, ਮੈਂ ਤੈਨੂੰ ਦੱਸਾਂ। ਉਹ ਦੀਦੀ ਮਗਰ ਲੱਗਣ ਨੂੰ ਨਾ ਮੈਂ ਜਵਾਕੜੀ ਨਹੀਂ ਹੈਗੀ, ਮੈਨੂੰ ਸਭ ਦਿੰਦਾ ਕਿੱਥੇ ਕੀ ਹੁੰਦਾ। ਤੈਨੂੰ ਦਿੰਦਾ ਹੋਵੇ ਛੋਟੀ, ਤੈਨੂੰ ਸਾਰਾ ਕੁਝ ਪਤਾ ਲੱਗ ਜਾਵੇ, ਠੀਕ ਆ? ਤੈਨੂੰ ਨਹੀਂ ਪਤਾ, ਤੂੰ ਭੋਲੀਆਂ ਸਾਡੀ ਬੁੜੀ ਦੀਆਂ ਚਲਾਕੀਆਂ ਨੂੰ ਤੂੰ ਨਹੀਂ ਜਾਣਦੀ। ਮੈਨੂੰ ਪਤਾ ਹੀ ਆ, ਮੈਨੂੰ 2 ਦਿਨ ਹੋ ਗਏ ਵੀ ਇੱਥੇ ਕੌਣ ਤੇ ਕੀ ਕਰ ਰਿਹਾ।
ਅੱਛਾ ਤੇ ਮੈਂ ਉੱਥੇ ਐਡੀ ਹੋ ਕੇ ਆ ਗਈ, ਤੈਨੂੰ ਮੇਰਾ ਨਹੀਂ ਪਤਾ ਲੱਗਿਆ, ਤੈਨੂੰ ਸਾਡੀ ਬੁੜੀ ਦਾ 2 ਦਿਨਾਂ 'ਚ ਪਤਾ ਲੱਗ ਗਿਆ ਹੈ। ਉਹ ਦੀਦੀ ਬਸ ਰਹਿਣ ਦੇ, ਉੱਥੇ ਵੀ ਨਾ ਤੂੰ ਸਾਰਾ ਕੰਮ ਮੈਂ ਕਰ ਦਿੰਦੀ ਸੀ ਤੇ ਬਾਅਦ 'ਚ ਕਹਿੰਦੀ ਸੀ ਮੰਮੀ ਸਾਰਾ ਕੰਮ ਮੈਂ ਕਰਿਆ। ਬਸ ਕਰ ਰਹਿਣ ਦੇ, ਪਤਾ ਹੀ ਆ ਠੀਕ ਆ ਕੌਣ ਕਿੰਨਾ ਕੁ ਕੰਮ ਕਰਦਾ ਹੁੰਦਾ ਸੀ। ਮੰਜੇ ਤੋਂ ਤਾਂ ਤੂੰ ਉੱਠ ਕੇ ਚਾਹ ਨਹੀਂ ਪੀਂਦੀ ਸੀ, ਚਾਹ ਦਾ ਗਲਾਸ ਤੇਰੇ ਸਿਰਹਾਣੇ ਰੱਖ ਕੇ ਆਉਣਾ ਪੈਂਦਾ ਸੀ। ਉਹ ਦੀਦੀ ਬਸ ਰਹਿਣ ਦਿਆ ਕਰੋ, ਚਾਹ ਪੀ ਕੇ ਫਿਰ ਮੂੰਹ ਲੁਕੋ ਕੇ ਪੈ ਜਾਂਦੀ ਸੀ। ਜੇ ਮੈਂ ਆਪਦਾ ਕੰਮ ਕਰਦੀ ਸੀ ਨਾ ਸਾਰਾ ਰਨਿੰਗ ਕਰਨ ਜਾਣੀ ਤਾਂ ਹੀ ਅੱਜ ਡਿਊਟੀ ਤੇ ਬੈਠੀ ਆਂਗੀ। ਓ ਮੈਨੂੰ ਪਤਾ ਹੀ ਆ। ਹਾਂ ਪਤਾ ਹੀ ਆ, ਡਿਊਟੀ ਤੇ ਬੈਠੇ ਹੋ ਕਿਸੇ ਤੇ ਕਾਹਦਾ ਨੁਹਾਰਾ। ਹਾਂ ਨਹੀਂ ਫਿਰ ਤੂੰ ਮੇਰੇ ਨਾਲ ਜਿੱਦਦੀ ਕਾ, ਤੂੰ ਆਈ ਤਾਂ ਤੂੰ ਇੱਥੇ ਕੰਮ 'ਚ ਮੇਰਾ ਹੱਥ ਵਟਾਉਣਾਗੇ ਵੀ ਮੈਂ ਕਿਹੜੇ ਹਾਲ ਆ। ਭੈਣ ਦੇ ਖਸਮ ਮੈਨੂੰ ਤਾਂ ਨਾ ਲੱਡੂ ਵੀ ਨਹੀਂ ਖਾਣ ਦਿੰਦੇ। ਚੌਦੀ ਬਣਿਆ ਲੱਡੂ ਦੀ ਡਫਲਾ ਜਾ, ਤੁਰ ਜਾ 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 ਬੁੜੀ ਦੇ ਮਗਰ ਲੱਗ ਜਾ। ਤੂੰ ਨਾ ਆਪਦੀ ਭੈਣ ਨੂੰ ਨਹੀਂ ਬੁਲਾਇਆ, ਨੌਕਰਾਣੀ ਨੂੰ ਬੁਲਾਇਆ ਜੇ ਇੱਥੇ ਕੰਮ ਕਰਨ ਵਾਸਤੇ ਰੱਖੀ ਹੋਈ ਆ ਮੈਂ। ਮੰਮੀ ਨੇ ਭੇਜਿਆ, ਮੈਂ ਨਹੀਂ ਸੀ ਬੁਲਾਇਆ ਤੈਨੂੰ। ਜਾ ਵੱਜਦਾ ਸਾਡੀ ਬੁੜੀ ਨੇ ਚੁਗਲੀਆਂ ਕਰ ਲਾ ਜਾ ਕੇ। ਬਸ ਠੀਕ ਆ, ਮੈਂ ਤਾਂ ਬਾਗੀ ਜਾਂਦੀ ਆ। ਚਲੀ ਜਾ ਕੋਈ ਨਾ, ਫਿਰ ਕਿਹੜਾ ਕੰਮ ਨਹੀਂ ਹੋਣਾ। ਲੈ ਸਾਡੀ ਬੁੜੀ ਨੇ ਮਾਰ ਕੇ ਮਿੱਠੀਆਂ ਜੀਆਂ ਦੇ ਕੇ ਇਹਨੂੰ ਗੋਲੀਆਂ ਮਗਰ ਲਾ ਲਈ, ਉੱਤੋਂ ਇਹ ਕਮਲ ਚੌਧੀ ਇਹੋ ਜਿਹੀ ਆ ਗਈ ਜਿਹੜੀ ਉਹਦੇ ਮਗਰ ਲੱਗ ਗਈ। ਗਿੱਚੀ 'ਚ ਮੱਤ ਆ ਇਹਦੀ, ਆਹੀ ਕੁਛ ਪਹਿਲਾਂ ਕਰਦੀ ਹੁੰਦੀ ਸੀ। ਲਾਈ ਲੱਗ ਨਾ ਹੋਵੇ ਘਰ ਵਾਲਾ ਕਹਿੰਦੇ ਚੰਦਰਾ ਗਮਾਡ ਨਾ ਹੋਵੇ, ਉਹ ਲੱਗ ਕੇ ਜਿੱਧਰ ਨੂੰ ਮਰਜ਼ੀ ਉਂਗਲੀ ਲਾ ਕੇ ਲੈ ਜਾਵੇ ਅਗਲਾ ਉੱਧਰ ਨੂੰ ਤੁਰ ਜਾਂਦੀ ਹੈ। ਬੇਸੂਰੀ ਜੀ, ਅਕਲ ਨਹੀਂ ਧੇਲੇ ਦੀ। ਚੱਲ ਕੋਈ ਨਾ, ਹੈਗੀ ਤਾਂ ਮੇਰੇ ਤੋਂ ਛੋਟੀ ਆ, ਆਪੀ ਮਨਾ ਲੂੰਗੀ ਮੈਂ। ਲੱਡੂ ਦਾ ਸਵਾਦ ਵੀ ਗਾਲਤਾ ਖਸਮਾਂ ਨੇ। ਉੱਠ ਕੇ ਕੋਈ ਕੰਮ ਕਰ ਲਓ। ਕੀ ਕਰਾਂ ਕੰਮ, ਪਏ ਹੀ ਰਹਿੰਦੇ ਹੋ ਸਾਰਾ ਦਿਨ। ਉਹ ਜਾ ਕੇ ਆਉਣਾ ਦੀ ਯਾਰ, ਕਿਤੇ ਜਾਣੇ ਆਗੇ, ਰੋਟੀ ਰੁਟੀ ਬਣਾ ਲੈਣੀ। ਅੱਛਾ ਚਾਹ ਲਈ ਹੈਪੀ? ਮੈਂ ਤਾਂ ਐਂ ਕਹਿੰਦੀ ਸੀ ਜੀਜੂ, ਮੈਂ ਕਿ ਕੋਈ ਕਾਲਜ ਸਕੂਲੇ ਚ ਪਤਾ ਕਰ ਲੈਂਦੇ, ਮੈਂ ਅੱਗੇ ਸਟੱਡੀ ਦਾ ਦੇਖ ਲੈਂਦੀ। ਅੱਛਾ ਇਧਰ ਹੀ ਸਟੱਡੀ ਕੰਪਲੀਟ ਹੋਈ ਨਹੀਂ ਗਈ? ਇੱਥੋਂ ਤਾਂ ਹੋ ਗਈ ਪਿੰਡੋਂ, ਤਾਂ ਮੈਂ ਕਿ ਇੱਥੇ ਲੱਗ ਜਾਂਦੀ ਮੈਂ। ਅੱਛਾ ਉਰੇ, ਚਲ ਆਹੋ ਪਤਾ ਕਰ ਲੈਣੇ ਕਿਤੇ ਕਾਲਜ ਚ ਕਿਤੇ ਲੱਗ ਜਾਈ। ਕੀ ਕਰਨਾ ਹੁਣ ਤੱਕ? ਹਾਂ ਦੇਖਦੀ ਹਾਂ ਜੀਜੂ, ਉਹ ਤਾਂ ਮੇਰਾ ਕਲੀਅਰ ਹੋ ਗਿਆ। ਅੱਛਾ ਅੱਗੇ ਦੇਖਦੀ ਹਾਂ, ਬੀਟੈਕ ਕੁਝ ਕਰ ਲੂੰਗੀ। ਠੀਕ ਆ, ਚਲ ਪਤਾ ਕਰ ਲੈਣਾ ਮੈਂ ਕਿਸ ਕਾਲਜ ਜਾਂ ਇੱਕ ਇਹ ਕਰ ਲ ਕਾਲਜ ਗੱਲ ਲਈ। ਠੀਕ ਹੈ ਜੀ, ਤੇ ਕੰਮ ਕੁੰਮ ਕਰਕੇ ਜਦ ਦੱਸ ਕੇ ਬਗ ਜਾ ਕਰੀ ਹਨਾ, ਟਾਈਮ ਪਾਸ ਹੋ ਜਾ ਗੁਰੂ ਘਰੇ, ਸਾਰਾ ਦਿਨ ਟਾਈਮ ਪਾਸ ਵੀ ਨਹੀਂ ਹੁੰਦਾ। ਹਾਂ ਮੈਨੂੰ ਵੀ ਆਈਆਂ, ਚੱਲ ਮੈਂ ਕਿਹਾ ਜਿੰਨਾ ਟਾਈਮ ਭੈਣ ਦੇ ਜਵਾਕ ਨਹੀਂ ਹੁੰਦਾ ਉਹਨਾਂ ਟਾਈਮ। ਹਾਂ ਸਟੱਡੀ ਵੀ ਜ਼ਰੂਰੀ ਹੈ ਨਾਲ, ਖਬਰ ਕੋਈ ਜੋਬ ਮਿਲ ਜੇ। ਹਾਂਜੀ ਇਹ ਤਾਂ ਹੈ। ਹਾਂ ਲਾਦਰੀ ਭੈਣ ਹਾਕਾ ਮਰੀ ਨੇ ਪੁੱਛ ਲੱਗੀ, ਕਹਿੰਦੀ ਇਹਦਾ ਵੀ ਜੀ ਨਹੀਂ ਲੱਗਦਾ। ਆਈ ਦੀਦੀ ਹੈਪੀ? ਹਾਂਜੀ ਦੀਦੀ, ਇੱਕ ਕੰਮ ਕਰੀ, ਮੇਰਾ ਅੰਦਰ ਨਾ ਫੋਨ ਚਾਰਜ ਲੱਗਿਆ ਹੋਇਆ, ਉਹਦੇ ਵਿੱਚ ਕੀ ਆ ਰਾਜਵੀਰ ਕਾਂਸਟੇਬਲ ਭਰਿਆ ਹੋਊਗਾ, ਉਹ ਮੈਨੂੰ ਨੰਬਰ ਲਾ ਕੇ ਦੇ ਮਾੜਾ ਜਿਹਾ, ਮੈਂ ਗੱਲ ਕਰਨੀ ਆ ਉਹਦੇ ਨਾਲ। ਦਿੰਦੀ ਹਾਂ ਦੀਦੀ। ਕਿਸੇ ਕੇਸ ਬਾਰੇ ਪੁੱਛਣਾ ਸੀ ਮੈਂ। ਰਾਜਵੀਰ ਦੀਦੀ ਉਹੀ ਮੁੰਡਾ ਨਾ ਜਿਹੜਾ ਉਹਦੇ ਮੈਨੂੰ ਲੈ ਕੇ ਗਿਆ ਸੀ? ਹਾਂ ਹਾਂ ਉਹੀ ਆ ਉਹੀ ਆ। ਫਿਰ ਤਾਂ ਨੰਬਰ ਮੈਂ ਆਪਦੇ ਫੋਨ 'ਚ ਨਾ ਸੇਵ ਕਰ ਲਾਂ। ਆਈ ਦੀਦੀ। ਹੈਲੋ ਦੀਦੀ, ਕਰ ਲਓ ਗੱਲ। ਲੱਗ ਗਿਆ? ਹਾਂਜੀ ਹੈਲੋ। ਹਾਂ ਰਾਜਵੀਰ ਕੀ ਹਾਲ ਆ? ਹਾਂ ਹਾਂ ਮੈਂ ਤਾਂ ਠੀਕ ਹਾਂ ਵਧੀਆ। ਤੇ ਮੈਂ ਪੁੱਛਦੀ ਸੀ ਤੈਨੂੰ, ਉਹ ਜਿਹੜੀ ਮੇਰੀ ਫਾਈਲ ਸੀਗੀ ਉਹ ਤੂੰ ਜਮ੍ਹਾਂ ਕਰਾਤੀ ਸੀ ਸਰ ਕੋਲੇ? ਹਾਂ 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 ਕੋਈ ਨਾ, ਚੱਲ ਥੈਂਕ ਯੂ ਹੈ। ਮੈਂ ਐਂ ਪੁੱਛਣਾ ਸੀ, ਮੈਨੂੰ ਫਿਕਰ ਜੀ ਹੋਈ ਸੀ ਕਿਉਂਕਿ ਫਿਰ ਮੇਰੀ ਰਿਸਪੋਂਸੀਬਿਲਟੀ ਸੀ ਨਾ ਉਹ। ਕੋਈ ਨਾ ਕੋਈ ਨਾ, ਮੈਂ ਵੀ ਮਾਰੂੰਗੀ ਗੇੜਾ ਇੱਕ ਅੱਧੇ ਦਿਨ 'ਚ।
ਹਾਂ ਹਾਂ ਠੀਕ ਆ, ਚੰਗਾ ਓਕੇ। ਕਿੰਨਾ ਸੋਹਣਾ ਮੌਸਮ ਆ, ਅੱਜ ਕੋਈ ਘਰੇ ਵੀ ਨਹੀਂ ਹੈਗਾ। ਫੋਨ ਨਾ ਲਾਵਾਂ ਰਾਜਵੀਰ ਨੂੰ। ਹੈਲੋ। ਹੈਲੋ, ਹਾਂਜੀ ਕੌਣ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਜੀ? ਦੇਖ ਲਓ, ਪਛਾਣ ਲਓ। ਉਹ ਮੈਂ ਥਾਣੇ 'ਚ ਬੈਠਿਆ, ਸਿੱਧੀ ਤਰ੍ਹਾਂ ਦੱਸ ਦੇ ਕੌਣ। ਸਰ ਮੈਂ ਹੈਪੀ ਬੋਲ ਰਹੀ ਹਾਂ, ਰੀਤ ਦੀ ਸਿਸਟਰ। ਉਹ ਹੈਪੀ ਬੋ, ਅੱਛਾ ਹੈਪੀ ਬੋਲਦੀ ਆ, ਮੈਂ ਪਤਾ ਨਹੀਂ ਕੌਣ ਬੋਲਦੀ ਆ। ਮੈਂ ਤਾਂ ਸਰ ਤੁਹਾਨੂੰ ਤਾਂ ਫੋਨ ਲਾਇਆ ਉਹਦੇ ਲਈ ਨਾ, ਸੋਰੀ, ਮੈਨੂੰ ਸੀਰੀਅਸਲੀ ਨਹੀਂ ਪਤਾ ਸੀਗਾ ਵੀ ਤੁਸੀਂ ਪੁਲਿਸ ਆਫਿਸਰ ਹੋ। ਅੱਛਾ ਅੱਛਾ, ਚਲ ਉਹ ਤਾਂ ਮੈਂ ਤੈਨੂੰ ਉਦਣੇ ਮਾਫ ਕਰਤਾ ਸੀਗਾ। ਹਾਂ ਪਰ ਕੰਮ ਸੀ ਕੋਈ? ਨਹੀਂ ਨਹੀਂ, ਕਿਉਂ, ਵੈਸੇ ਮੈਂ ਲਾ ਨਹੀਂ ਸਕਦੀ ਤੁਹਾਨੂੰ ਫੋਨ। ਉਹ ਨਹੀਂ ਨਹੀਂ ਜੀ, ਵੈਸੇ ਡਿਊਟੀ ਤੇ ਸੀਗਾ ਮੈਂ। ਅੱਛਾ ਅੱਛਾ, ਮੈਂ ਕਿਹਾ ਅੱਜ ਕੱਲ ਗੇੜਾ ਹੀ ਨਹੀਂ ਮਾਰਦੇ ਘਰੇ। ਉਹ ਗੇੜਾ ਮੈਂ ਰੀਤ ਨਾਲ ਕਰ ਲਈ ਸੀ ਫੋਨ ਤੇ ਗੱਲ, ਫਿਰ ਬਾਹਲਾ ਚੰਗਾ ਵੀ ਨਹੀਂ ਲੱਗਦਾ ਨਾ ਆਉਣ ਜਾਣ ਦਾ, ਸਾਨੂੰ ਕੰਮ ਬਥੇਰੇ ਰਹਿੰਦੇ ਨੇ, ਅਸੀਂ ਕਿਹੜਾ ਫ੍ਰੀ ਹੁੰਦੇ ਹਾਂਗੇ। ਚਲੋ ਪਤੀ ਆ, ਠੀਕ ਹੈ ਸਰ, ਇਹ ਨੰਬਰ ਮੇਰਾ ਹੀ ਆ, ਕਾਲ ਕਰ ਲਿਆ ਕਰੋ। ਅੱਛਾ ਅੱਛਾ, ਚੱਲ ਕੋਈ ਨਾ, ਜੇ ਟਾਈਮ ਲੱਗੇ ਨਾ ਜ਼ਰੂਰ ਕਰਾਂਗੇ। ਚਲੋ ਠੀਕ ਹੈ ਸਰ, ਬਾਏ ਬਾਏ। ਜੇ ਕੋਈ ਕੰਮ ਆ ਤਾਂ ਦੱਸ ਦਿਓ। ਨਹੀਂ, ਕੰਮ ਤਾਂ ਇਹੀ ਸੀ ਵੀ ਮੈਨੂੰ ਸੱਚੀ ਫੀਲ ਹੋਇਆ ਉਹਦੇ, ਮੈਨੂੰ ਨਾ ਇਦਾਂ ਬਿਹੇਵ ਨਹੀਂ ਕਰਨਾ ਚਾਹੀਦਾ ਸੀ ਤੁਹਾਡੇ ਨਾਲ। ਚਲ ਕੋਈ ਨਾ, ਫ੍ਰੀ ਹੋ ਕੇ ਮਿਲਦੇ ਆ ਆਪਾਂ ਕਦੇ, ਚਾਹ ਪੀਂਦੇ ਹਾਂਗੇ। ਚਲੋ ਠੀਕ ਆ ਸਰ, ਓਕੇ। ਹਾਂਜੀ ਹਾਂਜੀ, ਬਾਏ ਬਾਏ। ਨਹੀਂ, ਕਿਹਦੇ ਨਾਲ ਭੌਂਕਦੀ ਆਉਣੀ ਹੈ? ਮਾਸੀ ਜੀ, ਉਹ ਤਾਂ ਮੇਰੀ ਫਰੈਂਡ ਦਾ ਫੋਨ ਸੀਗਾ। ਲੈ ਚੋਦੀ ਫਰੈਂਡ ਦੀ, ਤੇ ਤਾਂ ਮੇਰੀ ਫਰੈਂਡ ਹੈ, ਫਰੈਂਡਾਂ ਦੇ ਨਹੀਂ ਅੰਤ। ਨਹੀਂ ਤੂੰ ਹੋਰ ਨਾ ਮੇਰੀ ਗੁੱਤ ਨਹੀਂ ਪਟਾ ਜੀ। ਮੇਰੀ ਗੱਲ ਸੁਣ ਲੈ, ਤੂੰ ਘਰ ਦੇ ਕੰਮ ਤਾਂ ਹੋ ਜਾਣਗੇ, ਤੂੰ ਪੜਦੇ ਨਾਲ ਗੱਲ ਕਰ ਲੈ। ਆ ਮਿੱਠੇ ਪੋਚੇ ਨਾ ਅਸੀਂ, ਮੈਨੂੰ ਨਾ ਮਾਰ, ਮੈਂ ਸਭ ਜਾਣਦੀ ਆ, ਤੁਸੀਂ ਵੀ ਨਾ ਦੀਦੀ ਮੂਰੇ ਲੋਟ ਆਉਂਦੇ ਹੋ। ਨਹੀਂ ਦੀਦੀ ਨੀ ਮੇਰਾ ਸੱਕ ਛੁਡਾ ਸਕਦੀ, ਨਾ ਤੂੰ ਛੁਡਾਵੇਂ। ਮੈਂ ਜਿਹੜੀ ਗੱਲ ਕਹਿਣੀ ਬੰਦਿਆਂ ਵਾਂਗੂ, ਲੋਕ ਕੀ ਕਹਿਣਗੇ, ਉਹਨੇ ਮੁੰਡੇ ਦੀ ਸਾਰੀ ਕੋਠੇ ਚੜੀ ਖੜੀ ਹੈ ਨਾ। ਫਿਰ ਕੀ ਹੋ ਗਿਆ, ਕੋਠੇ ਤੇ ਚੜ ਕੇ ਜਿਹੜਾ ਮੈਂ ਨੱਚ ਰਹੀ ਆ, ਗੱਲ ਹੀ ਕਰ ਰਹੀ ਸੀ ਅਸੀਂ ਚੱਲੀ ਨਾਲ। ਛੋਟੇ ਛੋਟੇ ਘਰ ਨਹੀਂ ਸਾਡੇ ਤੋਂ, ਖੇਤ ਆ ਜਾਏ ਜੱਟਾਂ ਦੇ, ਤੈਨੂੰ ਪਤਾ ਹੀ ਹੈ ਜੱਟ ਤਾਂ ਇੱਕ ਦੇ ਚਾਰ ਬਣਾ ਲੈਂਦੇ ਨੇ। ਕੋਈ ਨਹੀਂ ਹੈਗਾ ਸੀ ਮਾਸੀ, ਠੀਕ ਆ, ਬਾਲੇ ਨਾ ਬੋਲੋ, ਨਹੀਂ ਮੈਂ ਦੀਦੀ ਨੂੰ ਸਾਰਾ ਕੁਝ ਦੱਸ ਦਿੰਦੀ। ਤੈਨੂੰ ਇਹ ਲੱਗਦਾ ਵੀ ਕੋਈ ਨਹੀਂ, ਤੈਨੂੰ ਲੱਗਦਾ ਅਗਰ ਜਦ ਜਾਗਦੀ ਚਿੜੀਆਂ ਜਿਵੇਂ ਸੌਂਗ ਇੱਕ ਵਾ ਨਾ, ਆਪਾਂ ਖਾਣੇ ਜਣਾ ਆਪਦੇ ਆਪਦੇ ਕੋਲੇ ਰੱਖਿਆ ਕਰੋ। ਆਹ ਤੂੰ ਵੀ ਭਗਾਈ ਨਹੀਂ ਮਾਰ, ਚੁੱਪ ਕਰਕੇ ਅੰਦਰ ਬਹਿ ਕੇ ਫੋਨ ਕਰ ਲਿਆ ਕਰ। ਮੇਰਾ ਜਿੱਥੇ ਜੀ ਕਰੂ ਨਾ ਮੈਂ ਉੱਥੇ ਖੜ ਕੇ ਕਰੂੰਗੀ, ਤੁਸੀਂ ਜਿਹੜਾ ਜਿਵੇਂ ਮੈਂ ਉਹਨੇ ਕਹੇ ਮੇਰੇ ਬੋਦੀਆਂ, ਇਹ ਤਾਂ ਮੇਰੀ ਬੋਦਲ ਹੈ, ਇਹ ਡਰਦੀ ਨਹੀਂ, ਮੈਂ ਤਾਂ ਉਹਨੂੰ ਕਹਿੰਦੀ ਉਹਦੀ ਪਤੰਦਰ ਨਹੀਂ ਹੈ। ਲੈ ਕਰ ਲੈ ਕੇ ਉਹਨੂੰ ਭਾਂਡਾ, ਇਹ ਤਾਂ ਬਾਈ ਬਾਹਲੀਆਂ ਖੁੱਲੀਆਂ ਚਰੀਆਂ ਹੋਈਆਂ ਨੇ, ਨਾ ਡਰ ਨਾ ਪਾਓ। ਹੁਣ ਕੀ ਕਰੂੰ, ਉਹ ਗੱਲ ਹੋਈ ਪਏ, ਕਹਿੰਦੀ ਆਪਦਾ ਬਗੋਇਆ ਪੇ ਖੱਜਲ ਹੋਇਆ, ਅਲੀ ਕੋ ਤੇਰੇ ਤਾਂ ਨੂੰ ਵੀ ਹੀ ਹੈ, ਗਾਹ ਕਨਵੇਟੀ ਵੀ ਹੀ ਹੋਗੀ ਕੰਜਰੀ, ਦੱਸ ਕਿਹੜੇ ਖੂਹ 'ਚ ਲਿਖਾਂ। ਅੱਜ ਤਾਂ ਮੈਂ ਨਵਦੀਪ ਨੂੰ ਆ ਜਾਂਦਾ ਤਾਂ ਪਵਾਉਂਗੀ ਹੌਸਲੇ, ਜੇ ਪਟਾਉਂ ਜੂ ਡੇਰੇ ਸਮਾਰ ਕੇ ਦੇਖਦੀ ਜਾ, ਮੈਂ ਤੋਂ ਨਹੀਂ ਚੱਲੀਆਂ ਜਾਂਦੀਆਂ ਬਾਈ, ਬੜਾ ਔਖੀ ਹੋਈ ਪਈਆਂ। ਇਹਨਾਂ ਦੀ ਬੁੜੀ ਵੀ ਨਾ ਹੋਵੇ, ਬਹੁਤ ਵੱਡਦੀ ਆ, ਕੁੱਤੇ ਨਾਲ ਤਾਂ ਉਹੀ ਵੱਡਦੀ ਆ, ਕੁੱਤਾ ਵੀ ਹੋਇਆ ਲੱਗਦਾ, ਗਈ ਹੋਈ ਆ। ਪੁੱਤ ਹੁਣ ਤੂੰ ਦੇਖ ਕੇ ਤਾਕਤ ਵਾਲੀਆਂ ਚੀਜ਼ਾਂ ਨਾ, ਤੱਤੀਆਂ ਠੰਡੀਆਂ ਬੋਝ ਕੇ ਖਾਇਆ ਕਰ, ਤੈਨੂੰ ਕੋਈ ਮਾੜੀ ਸੀਗਤ ਨਹੀਂ ਹੁੰਦੀ। ਮੰਮੀ ਦੇਖ ਕੇ ਹੀ ਖਾਂਦੀ ਆ ਮੈਂ ਤਾਂ। ਰੀਤਾ ਨਾ ਅੱਗ ਸਵਾਜੇ ਖਾਣੋ ਹਟ ਜਾ ਹੁਣ। ਰਾਜਵੀਰ ਆਜੋ। ਸਤਿ ਸ਼੍ਰੀ ਅਕਾਲ ਮਾਤਾ ਜੀ। ਸਤਿ ਸ਼੍ਰੀ ਅਕਾਲ, ਠੀਕ ਹੈ ਰੀਤਾ? ਕਿਵੇਂ ਆਏ ਸੀਗੇ? ਮੈਂ ਤਾਂ ਫਾਈਲ ਜੀ ਲੈਣਾ ਜੀ ਕੇਸ ਦੀ। ਅੱਛਾ ਅੱਛਾ, ਜਿਹੜਾ ਆਪਣਾ ਸਿੰਦੜ ਵਾਲਾ ਕੇਸ ਹੈਗਾ ਉਹਦੀ ਫਾਈਲ ਲੈਣਾ ਸੀ। ਉਹ ਚਾਹ ਪੀਓਗੇ ਪਹਿਲਾਂ? ਨਾ ਨਾ, ਵਧਾਈਆਂ ਮਾਤਾ ਜੀ ਤੁਹਾਨੂੰ। ਹੋਰ ਮਹਾਰਾਜ ਭਾਈ ਤੈਨੂੰ ਵਧਾਵੇ, ਮੈਨੂੰ ਕਾਹਦੀ ਵਧਾਈਆਂ ਦਿੰਦਾ ਹੈ? ਆ ਨੰਨੇ ਮੁੰਨੇ ਦੀਆਂ ਬੇਚਾਰ, ਰੱਬ ਸਭ ਨੂੰ ਵਧਾਉਂਦਾ ਰਹੇ। ਇਹ ਕੌਣ ਆ ਰਾਜਵੀਰ? ਇਹ ਮੇਰੇ ਤਾਏ ਦਾ ਮੁੰਡਾ। ਅੱਛਾ, ਹੋਰ ਇਹਦੇ ਨਾਲ ਕੁੱਤੇ ਖਾਣੀ ਬਣ ਗਈ। ਕੀ ਹੋ ਗਿਆ? ਕੁੱਤੇ ਨੇ ਵੱਢ ਲਿਆ ਤਾਂ। ਅੱਛਾ, ਸਾਰਾ ਕੱਚਾ ਪਾੜ ਗਿਆ,
ਲੀਰੋ ਲੀਰ ਕਰਤਾ ਵਿਚਾਰੇ ਦੀ ਇੱਜ਼ਤ ਵਿੱਚ ਹੈਗੀ। ਹੋਰ ਚੱਲ ਵਧੀਆ ਨਹੀਂ ਵਿਚਾਰੇ ਦਾ ਕੱਛਾ ਪਾੜ ਕੇ ਲਾ ਹੀ ਨਾ ਦਿੱਤਾ ਉਹਨਾਂ ਨੇ। ਉਹ ਤਾਂ ਮੈਂ ਆ ਗਿਆ ਤੇ ਆ ਪੁਲਿਸ ਵਾਲੀ ਵਰਦੀ ਦਾ ਰੋਹ ਵੀ ਨਾ ਡਰ ਗਿਆ। ਕੁੱਤੇ ਵੀ ਡਰਦੇ ਆ। ਹਾਂ ਡਰਦੇ ਆਪਣੇ ਤੋਂ, ਕਤੀੜ ਦਾ ਭੱਜੀ ਫਿਰਦੀ ਰਹਿੰਦੀ ਆ। ਚੱਲ ਕੋਈ ਨਾ ਧਿਆਨ ਨਾਲ, ਅੱਜ ਕੱਲ ਨਾ ਕੁੱਤਿਆਂ ਦਾ ਵੀ ਪਤਾ ਨਹੀਂ ਲੱਗਦਾ, ਬਹੁਤ ਕੇਸ ਆਉਂਦੇ ਆ ਤੁਹਾਨੂੰ ਪਤਾ ਇਹੋ ਜੇ। ਕਦਾ ਚੱਲ ਰੈੱਡ ਲੀਫ ਵਾਲਿਆਂ ਦਾ ਮੈਨੂੰ ਕੱਛਾ ਦਵਾ ਲਈ। ਚੱਲ ਦਵਾ ਕੇ ਲੈ ਜੇ ਕੋਈ ਨਾ। ਤੇ ਕਿਵੇਂ ਆਏ ਸੀਗੇ? ਉਹ ਫਾਈਲ ਜੀ ਦੇ ਦੋ ਫਿਰ। ਐਂ ਕਰ ਰਾਜਵੀਰ, ਮੈਂ ਤਾਂ ਹੁਣ ਬੈਠੀ ਆ, ਮੇਰੇ ਚ ਉੱਠਣ ਦੀ ਹਿੰਮਤ ਨਹੀਂ। ਅੰਦਰ ਪਈ ਆ ਫਾਈਲ, ਚੱਕ ਲਿਆ। ਚੱਲ ਲਿਆਉਣਾ ਫਿਰ ਮੈਂ ਚੱਕ ਕੇ। ਹਾਂ ਲੈ।